शराब पीना सेहत लई हानिकारक है। हेलो हेलो, आवाज आने लग गई। ओए आहो यार, आने लग गई आवाज। तू परे जा यार, मैं तो होर नत नहीं सड़ी ले ली। हेलो, हाँ जी, मैं तुहाडा हरमन प्यारा सेमा बकरियां वाला तुहाडा प्यारा कमेंटर अज तुहाडा स्वागत करता जी गुरज खेड़ा दे सलाना क्रिकेट टूरनामेंट दे विच। जोरदार ताड़ियां। शावा शावा डमरू, मेरे आंगो बढ़िया खेड़ी। चकने चकने डमरू। ओ जान डमरू। ऐसा कुछ खेड़ा है नहीं, कोई गल नहीं ना। भाई हुण बहुती थू थू कराउण दी लोड़ नहीं। ओ एक एक करके खिसक जो करानू। जगता किथे है? पता नहीं यार जगता किथे है। कि जेड़े पिंड विच टूर्नामेंट हो रहा हुंदा है, उस पिंड दी टीम लिए लाजमी है कि ओ रज के मेहनत करे। उस टीम के कैप्टन नु भी चाहिदा है कि ओ रज के टीम दा साथ देवे, भावे किन्ना भी जरूरी काम क्यों ना हो।
ਜੇ ਤੈਨੂੰ ਮਮੋਰੀ ਜੀ ਫੇਰਨ ਦਾ ਇੰਨਾ ਚਾਹ ਹੈ ਨਾ ਘਰੇ ਜਾ ਕੇ ਮੇਰੇ ਨਾਲ ਵੀਡੀਓ ਬਣਾ ਦੇ ਸੁਬਾ ਦੇ ਲੰਗਰ ਤੋਂ ਖੱਟੇ ਆਇਆ ਖੜਿਆ ਸੁਣ ਲੈ ਮੇਰਾ ਪਿਆ ਸਹਿਰ ਨਹੀਂ ਆਇਆ ਓਏ ਆ ਮੁੜੀ ਕਿੱਥੇ ਆ ਮੁੜੀ ਵਿੱਚ ਲੈ ਲਓ ਜੀ ਤਾਈ ਬਿਸ਼ਨੀ ਤਾਂ ਲੈ ਗਈ ਆਪਣੇ ਮਿੱਠੂ ਨੂੰ ਘਰੇ ਜਿਹੜੀਆਂ ਮਾੜੀਆਂ ਮੋਟੀਆਂ ਉਮੀਦਾਂ ਸੀ ਇਸ ਮੁੰਡੇ ਤੇ ਸੀਗੀਆਂ ਬਾਈ ਹੁਣ ਤਾਂ ਟਾਈਮ ਗਾਲਣ ਵਾਲੀ ਗੱਲ ਹੀ ਹੈ ਜੀ ਲਓ ਜੀ ਹੁਣ ਪਾਣੀ ਦੀ ਬ੍ਰੇਕ ਹੋ ਚੁੱਕੀ ਹੈ ਹੁਣ ਬੁਰਜ ਖੇੜਾ ਦੀ ਟੀਮ ਦੇ ਕੋਲੇ ਤਿੰਨ ਓਵਰ ਬਚੇ ਨੇ ਤੇ ਦੌੜਾਂ ਬਣਾਉਣੀਆਂ ਨੇ 60 ਬੇਇੱਜ਼ਤੀ ਬਹੁਤ ਹੁੰਦੀ ਹੋਣੀ ਆਪਣੀ ਹਾਰ ਪਈ ਨੇ ਦਸ ਦਸ ਨੋਟਾਂ ਵਾਲੇ ਚੱਲ ਆਹ ਮੈਚ ਤਾਂ ਪਤਾ ਨੀ ਕਦੋਂ ਜਿੱਤਣਾ ਜਿਹੜਾ ਪਹਿਲਾਂ ਤੂੰ ਪਾਇਆ ਉਹ ਜਿੱਤ ਲਈਏ ਚੱਲ ਛੇਤੀ ਚੱਲ ਕਾਕਾ ਜੀ ਸਰਦਾਰ ਬੱਲੀ ਢਿੱਲੋਂ ਜੀ ਵੀ ਪਹੁੰਚ ਚੁੱਕੇ ਨੇ ਜ਼ੋਰਦਾਰ ਤਾੜੀਆਂ ਉਹਨਾਂ ਦੇ ਸਵਾਗਤ ਤੇ ਜਦੋਂ ਬੰਦਾ ਕਹਿੰਦੇ ਆ ਨਾ ਜ਼ਖਮੀ ਹੋ ਜੇ ਨਾ ਉਦੋਂ ਵੀ ਬਾਹਰ ਹੁੰਦਾ ਚੱਲ 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 ਬਾਹਰ ਚੱਲ ਪਹਿਲਾਂ ਮੈਚ ਦੇਖ ਲਾ ਸਾਲਾ ਘੋਗੜ ਜਿਹਾ ਦੌੜਾਂ ਬਣਾਉਣੀਆਂ ਨੇ 60 ਉਹ ਬਹਿ ਜਾ ਹੁਣ ਆਰਾਮ
ਨਹੀਂ ਲੱਗਿਆ ਚੌਪਾਏ ਤਾਂ ਧੁੱਕੇ ਨਾਲ ਕਾਹਨੂੰ ਲੱਗਿਆ ਹੁਣ ਤੈਨੂੰ ਦੋ ਲੱਸੀ ਬੜਾ ਤਕੜਾ ਖੇਡਦਾ ਹੈ ਬਸ ਤੁਹਾਡਾ ਆਸ਼ੀਰਵਾਦ ਹੈ ਜੀ ਕਿਹਨਾਂ ਦਾ ਹੈ ਮੈਂ ਜੀ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਗੁਰਬਖਸ਼ ਸਿੰਘ ਮਾਨ ਦਾ ਮੁੰਡਾ ਜੀ ਗੁਰਬਖਸ਼ ਸਿੰਘ ਮਾਨ ਭਾਜੀ ਆਪਣੇ ਬਖਸ਼ ਦਾ ਮੁੰਡਾ ਜੀ ਜਿਹੜਾ ਬਾਹਰਲੀ ਫਿਰਨੀ ਤੇ ਰਹਿੰਦਾ ਓ ਅੱਛਾ 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 ਆਪਾਂ ਚਾਰ ਘੰਟੇ ਲਈ ਸਿੱਤੀ ਨੂੰ ਬਾਉਣ ਵਾਸਤੇ ਅੱਛਾ ਜਿਉਂਦਾ ਤੇ ਹੁਣ ਕਾਕਾ ਬੱਲੀ ਢਿੱਲੋਂ ਜੀ ਆਪਣੇ ਕਰ ਕਮਲਾ ਦੇ ਨਾਲ ਦੇਣਗੇ ਅੱਜ ਦਾ ਨਗਦ ਮੈਨ ਆਫ ਦਾ ਮੈਚ ਇਨਾਮ ਤਾੜੀਆਂ ਸੋਹਣਾ ਖੇਡਦਾ ਛੋਟੇ ਕ੍ਰਿਕਟ ਦਾ ਮੈਂ ਵੀ ਬਹੁਤ ਵੱਡਾ ਫੈਨ ਅੱਛਾ ਜੀ ਸਾਡੇ ਲਈ ਕੋਈ ਲੋੜ ਹੋਈ ਦੱਸੀ ਜ਼ਰੂਰ ਜੀ ਚੰਗਾ 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 ਬਈ ਓਕੇ ਜਿਉਂਦਾ ਚੰਗਾ ਜੀ ਚੇਤਕ ਨਵਾਂ ਸਕੂਟਰ ਮਾਰ ਕੇ ਕਿਤੇ ਉੜ ਜਾ ਸਕੂਟਰ ਦਿੱਤਾ ਕਰਾ ਕਿੱਟਾ ਸਮਝ ਲਾ ਪੁੱਤ ਸ਼ਾਬਾਸ਼ ਉੜ ਜਾ ਪੁੱਤ ਉੜ ਜਾ ਦੇਖੋ ਜੀ ਤੁਸੀਂ ਐਮਐਲਏ ਦੀ ਕੁੜੀ ਹੋ ਤੁਹਾਨੂੰ ਨਹੀਂ ਲੱਗਦਾ ਮੈਨੂੰ ਬਾਲਾ ਲੱਗਦਾ ਜੀ ਬੇਬੇ ਬਾਪੂ ਨੇ ਜਾਗ ਜਾਣਾ ਮਸਾਂ ਤਾਂ ਤੇਰੀ ਕਿਸਮਤ ਜਾਗੀ ਹੈ ਹੁਣ ਤੇਰੇ ਬੇਬੇ ਬਾਪੂ ਨੇ ਜਾਗ ਜਾਣਾ ਸਭ ਛੱਡ ਮੈਨੂੰ ਨਾ ਇੱਕ ਮਿੱਠੀ ਜਿਹੀ ਪਾਰੀ ਦੇ ਦੇ ਬੰਦੇ ਪੈ ਗਏ ਕਿਤੇ ਨੀ ਮਰਿਆ ਤੂੰ ਘਰੇ ਪਿਆ ਪਿਓ ਆ ਤੇਰਾ
ਤੈਨੂੰ ਬਹੁਤ ਸ਼ਰਮਾ ਆਉਂਦੀਆਂ ਨੇ, ਹੁਣ ਕੱਢੋ ਬਸ਼ਰਮ ਹੋਇਆ, ਤੇਰੀ ਜਿਹੜੀ ਜਵਾਨੀ ਡੁੱਲ ਡੁੱਲ ਪੈਣ ਡਈ ਆ ਨਾ। ਓਏ ਪੁੱਤ ਤੂੰ ਬਣ ਲਿਆ ਵਕੀਲ, ਉਹ ਜੇ ਤੇਰੇ ਆਹੀ ਲੱਛਣ ਰਹੇ ਨਾ ਕਚਹਿਰੀਆਂ ਦੇ ਬਾਹਰ ਚਾਹ ਵੇਚੇਗਾ। ਮੈਂ ਕਿਹਾ ਪਤਾ ਨੀ ਕੀ ਹੋ ਗਿਆ, ਉਹ ਬਾਪੂ ਅੱਧੀ ਰਾਤ ਤੱਕ ਟਹਿ ਜਾਣਾ ਨਾ ਆਪ ਸੌਂਦਾ ਨਾ ਕਿਸੇ ਨੂੰ ਸੌਣ ਦਿੰਦਾ। ਹੁਣ ਜੇ ਤੂੰ ਚੂਪ ਐ ਕੀਤੀ ਨਾ ਗਿੱਟਾ ਭਾਂਡੂ ਤੇਰਾ, ਮੈਂ ਸਮਝਾ ਚੰਗੀ ਤਰ੍ਹਾਂ। ਜਿੱਦਾਂ ਦਾ ਬੇਬੇ ਦਾ ਸੁਭਾਅ ਬਾਜੀ ਉਦਾਂ ਦਾ ਸੁਪਨਾ ਸੱਚੀ ਆ ਗਿਆ ਤਾਂ ਬੇਬੇ ਪੱਕਾ ਮਾਰ ਦੂ। ਸਾਬਣ ਲੱਗਾ ਹੋਇਆ ਸੀਗਾ ਜੀ, ਸੁਣਿਆ ਨੀ। ਸਾਬਣ ਮੂੰਹ ਤੇ ਲੱਗਾ ਤੇ ਸੁਣਨਾ ਕੰਨਾਂ ਨਾਲ ਹੈ। ਪਾਜੇ ਤੋਂ ਹੈ ਜੀ, ਹੁਣ ਕੀ ਅੰਗਰੇਜ਼ੀ ਸਮਝਾਵਾਂ, ਦਫਾ ਇਥੋਂ। ਇੱਕ ਤਾਂ ਅੰਗਰੇਜ਼ੀ ਚ ਬਹੁਤ ਸਮਝਾਉਂਦੀ ਆ ਇਹ। ਚੰਗਾ ਜੀ, ਸਤਿ ਸ੍ਰੀ ਅਕਾਲ। ਅੱਜ ਤਾਂ ਲੱਗਦੀ ਬੇਇੱਜ਼ਤੀ ਕਰਾ ਲਈ ਕਨਾਤ ਤੋਂ। ਆਏ ਦੱਸਦਾ ਜਾ ਕੇ ਉਹਨੂੰ ਕਨਾਤ ਨਾ ਰਹੀ ਆ ਉੱਥੇ। ਥੋੜੀ ਦੇਰ ਤੱਕ ਫਸਲਾਂ ਦੀ ਰਾਖੀ ਵਾਸਤੇ ਮਨ ਬਣ ਕੇ ਆਉਣਾ। ਉਹ ਕਿਤੇ ਉਧਰਲੀ ਫਸਲ ਤੇ ਗੜੇ ਨਾ ਪੈ ਜਾਣ ਤੇਰੀ ਤੇ। ਕਨਾਤ ਕਨਾਤ ਉਹ ਕਿਉਂ ਭੌਂਕੀ ਜਾਣਾ ਲਿਆ।
खुशबू भी मेरी धड़कन नू छू जांदी साडा कोई ना कोई रिश्ता है जो तेरे वल मेरी रू जांदी हो जावे जे तू मेरी ता समझांगा मैं दुनिया नू भी जित लिया हवा दे वर के आते तेरा नाम लिख ले पौन ले मैं तेनू करना प्यार सिख ले दफा हो गई सी नी मेरी मैं तेरे बारे राती सुपना सी एक लिया हवा दे वल के आते तेरा नाम लिख लिया ਪੂਰੀ ਫਿਲਮ ਹੀ ਹੈ ਜਮਾ ਸ਼ਿਲਪਾ ਰਾਏ ਉਹ ਸ਼ਿਲਪਾ ਸ਼ੈਟੀ ਹੁੰਦੀ ਆ ਸ਼ਿਵਰਿਆ ਰਾਏ ਹੁੰਦੀ ਆ ਆਹੋ ਹੀ ਤੁਸੀਂ ਆਪਦਾ ਦਿਮਾਗ ਵੀ ਲਾ ਲਿਆ ਕਰੋ ਤੂੰ ਝਲਾਤ ਮਾਰਨੋਂ ਨਾ ਹਟੀ ਮੈਨੂੰ ਲੱਗਦਾ ਤੂੰ ਤਾਂ ਉਹੀ ਗੀਤ ਗਾਇਆ ਕਰ ਉਹਦੇ ਨਾਲ ਪਿਆਰ ਮੈਂ ਪਾਉਣਾ ਜਿਹੜੀ ਬੋਲ ਤੇ ਚਲਾਉਂਦੀ ਆ ਹਾਂ ਚੱਲ ਚੱਲੀਏ ਮੇਰਾ ਨਾਮ ਹੈ ਜੀ ਨਿਤਿਸ਼ ਬਾਲੀ 12ਵੀਂ ਚ ਮੇਰੇ 60% ਸੀ ਤੇ ਪੰਜਾਬੀ ਲਿਟਰੇਚਰ ਪੜ੍ਹਨ ਦਾ ਬਹੁਤ ਸ਼ੌਂਕ ਹੈ ਜੀ ਸ਼ਾਬਾਸ਼ ਨੈਕਸਟ Good morning, sir. My name is Kaina Tillo. I have done my 12th from Dehradun and I have scored 68% of marks. Te mainu bull chalauna, horse riding karna, bahut vadhiya lagda hai. Te hor ki shauk si mere? Haan, mainu na pahada vich ghumman da bahut shauk hai. Te main vadde hoke MP banna chahuni haan. Very good. All the best. Thank you, sir. Haanji, next. ਇੱਪਾ ਵੀ ਯਾਰ ਮੱਧ ਪ੍ਰਦੇਸ਼ ਕਿਉਂ ਬਣਨਾ ਚਾਹੁੰਦੀ ਹੈ ਉਹ ਤਾਂ ਸੂਬਾ ਹੀ ਬਹੁਤ ਵੱਡਾ ਨਹੀਂ ਯਾਰ ਮੈਂਬਰ ਆਫ ਪਾਰਲੀਮੈਂਟ ਹੁੰਦਾ ਅੱਛਾ ਜਿਵੇਂ ਭਗਵੰਤ ਮਾਨ ਹੈ ਆਹੋ ਅੱਛਾ ਸਰ ਜੀ ਮੇਰਾ ਨਾਮ ਮੁਕੇਸ਼ ਹੈ ਮੈਂ ਸਿੰਗਰ ਬਣਨਾ ਚਾਹਤਾ ਉਹ ਬਹਿ ਜਾ ਗਿੱਪੀ ਗਰੇਵਾਲ ਮੇਰਾ ਨਾਮ ਜੀ ਦਵਿੰਦਰ ਸ਼ਰਮਾ ਉਰਫ ਡਮਰੂ ਹੈ ਜੀ ਤੇ ਮੈਂ ਪਲੱਸ 2 ਦੇ ਵਿੱਚੋਂ 35% ਅੰਕ ਪ੍ਰਾਪਤ ਕੀਤੇ ਹਨ ਇਹ ਗੱਲ ਬਹੁਤ ਹੁੰਦੇ ਹਰ ਇਕੱਲੇ ਬੰਦੇ ਵਾਸਤੇ ਤੇ ਮੈਨੂੰ ਫੋਨ ਤੇ ਵਟਸਐਪ ਤੇ ਫੇਸਬੁੱਕ ਦੇਖਣ ਦਾ ਬਹੁਤ ਸ਼ੌਕ ਹੈ ਜੀ ਉਹ ਫੇਸਬੁੱਕ ਤੇ ਵਟਸਐਪ ਹੌਬੀ ਨਹੀਂ ਗੰਦੀ ਆਦਤ ਹੁੰਦੀ ਹੈ ਨਹੀਂ ਜੀ ਗੰਦਾ ਗਰੁੱਪ ਕੋਈ ਜੁਆਇਨ ਨਹੀਂ ਕੀਤਾ ਜੀ ਆਪਾਂ ਲਗਾਤਾਰ ਤੀਸਰਾ ਸਾਲ ਹੈ ਨਾ ਤੇਰੇ ਵਾਸਤੇ ਬੀਏ ਫਸਟ ਈਅਰ ਦੀ ਕਲਾਸ ਨਹੀਂ ਜੀ ਸ਼ਾਨਦਾਰ ਚੌਥਾ ਜੀ ਬਹਿ ਜਾ ਹੁਣ ਸਰ ਮੇਰੇ ਕਿਸਾਲ ਹੀ ਮਾਰ ਗਏ ਸੀ ਯਾਰ ਹਾਂਜੀ ਨੈਕਸਟ ਕੌਣ ਹੈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਗਤ ਸਿੰਘ ਹੈ ਜੀ ਤੇ ਮੈਂ 12ਵੀਂ ਬੁਰਜਖੇੜਾ ਤੋਂ ਪਾਸ ਕੀਤੀ ਹੈ ਜੀ 70% ਨੰਬਰਾਂ ਨਾਲ ਗੁੱਡ ਤੇ ਮੈਨੂੰ ਕ੍ਰਿਕਟ ਖੇਡਣ ਦਾ ਖੇਤੀ ਕਰਨ ਦਾ ਬਹੁਤ ਜ਼ਿਆਦਾ ਸ਼ੌਂਕ ਹੈ ਜੀ ਤੇ ਮੈਂ ਕਾਬਿਲ ਵਕੀਲ ਬਣਨਾ ਚਾਹੁੰਦਾ ਜੀ ਵੈਰੀ ਗੁੱਡ ਚਲੋ ਬਈ ਹੋ ਗਿਆ ਇੰਟਰੋਡਕਸ਼ਨ ਆਓ ਖੂ ਵਾਲਾ ਮੁੰਡਾ ਨਹੀਂ ਸੰਦੀਪ ਸਿੰਘ ਤੇ ਮੈਂ ਤੁਹਾਨੂੰ ਕੋਈ ਹੈ ਪੱਕਾ 70% ਨਾ ਨਕਲ ਮਾਰ ਕੇ ਲਿਖਤੇ ਹੋਣੇ ਸਹੀ ਗੱਲ ਹੈ ਤੈਨੂੰ ਕਿਹਾ ਸੀ ਕਾਰ 'ਚ ਚੱਲਦੇ ਆ ਓਹੋ ਪ੍ਰੀਤੀ ਜੀ ਜ਼ਿੰਦਗੀ ਦੇ ਵਿੱਚ ਨਾ ਥੋੜਾ ਥ੍ਰਿਲ ਹੋਣਾ ਚਾਹੀਦਾ ਹੈ ਲੈ ਬਾਈਕ ਚਲਾਉਣ ਚ ਕਿਹੜਾ ਥ੍ਰਿਲ ਮੈਨੂੰ ਤਾਂ ਸਮਝ ਨਹੀਂ ਆਉਂਦੀ ਹਾਂ ਬਾਈਕ ਚਲਾਉਣ ਚ ਤਾਂ ਕੋਈ ਥ੍ਰਿਲ ਨਹੀਂ ਹੁੰਦਾ ਪਰ ਬੁਲਟ ਚਲਾਉਣ ਚ ਨਾ ਬਹੁਤ ਥ੍ਰਿਲ ਹੁੰਦਾ ਜਾ ਚਲਾ ਜਾ ਬਣ ਜਾ ਹੀਰੋ ਜਾ ਜਾ ਕਿਤੇ ਲੱਕੜ ਦਾ ਗਿੱਟਾ ਨਾ ਪਾਉਣਾ ਪੈ ਜੇ ਉਹਦੇ ਮਾਰ ਦੇ ਕਿੱਕ ਓਏ ਐ ਕਿਵੇਂ ਵਗ ਜਾ ਜੇ ਪਿਆਰ ਨਾ ਬਲੋ ਤਾਂ ਜਾਵਾਂਗੇ ਓਹੋ ਆ ਬੁਲਾ ਲਿਆ ਮੰਗੇ
आया कायनाथ आ स्टार्ट कर ले फड़ लो पूछ आप लाले रोड़ी कुटना जा भरा उन्हें आपका क्यों बोझ पा लिया जानता इन पकाने जिन मैं बूटा दे फीते बनने लगे दे सह चढ़ जाता इन्हें की सवाह मारनी है और नाले जट्टा एक काम बता तेरा यार जगता ही करू पर मेरी जिंदगी का तजर्बा कहंदा है कि इलेक्शन तीन तरीके नाल जीती जांदी है जी प्यार नाल पैसे नाल ते देखो भाई प्यार ते पैसे वाला काम तुसी सांभो चित्र वाली सेवा मेरी ला दियो धूल कोटिया दी इलेक्शन कैंपेन इस बार जनेजा हैंडल कर रहा है ओ तो फिर की हो गया जनेजे वर्गे भी तुरे फिरते हैं तुहानू की होया क्यों भरजाई ले एदे विच डरन वाली केड़ी गल है हैं ज्यादा ही है ता पिछली बार नालों ज्यादा मेहनत कर लांगे ओ तेरे नाल तो भरजाई तगड़ी है ताईयो तो एदी गल मान के चलदा है जिंदल साहब ताकत ते कुर्सी दा नशा भीम वर्गा हुंदा है एक बार लग जावे ना तो सत जन्मा तक नहीं उतरता है सत श्री अकाल जी हां जी बढ़िया रानी आ जाओ आ जाओ आ जाओ आ जाओ हां हां बेटा ए जिंदल साहब सत श्री अकाल जी सत श्री अकाल बेटा सत श्री अकाल ये अपनी इलेक्शन च बहुत मदद करते ने वाओ आंटी जी मैं थोड़े नाल ना इलेक्शन कैंपेन बारे बहुत सारी गल्ला करनी है लंबी चौड़ी लिस्ट बनाई है जद मर्जी आओ बेटा तुसी बैठो मैं फ्रेश होके आई ओके एक मिनट तू आज फेयर बोर्ड ले गई सी जे डेक के लत बांह तड़ा ली तो घर वाला भी लंगड़े मिलूगा अबे वाह शमशेर सिंह जी लगता एक होर पॉलिटिशियन तैयार हो गया हां जी भाभी जी ਸਿਆਸਤਦਾਨਾਂ ਦੇ ਘਰੇ ਸਿਆਸਤਦਾਨ ਹੀ ਜੰਮਦੇ ਨੇ ਹੈ ਲੈ ਫੜ ਉਹ ਚੱਕ ਲੈ ਯਾਰ ਆ ਪਾਣੀ ਦੇਵਾ ਭਾਈ ਓਏ ਯਾਰ ਹੁਣ ਕਾਇਨਾਤ ਨੂੰ ਰੋਜ਼ ਮਿਲਿਆ ਕਰੂੰ ਯਾਰ ਹੁਣ ਕਿਹੜਾ ਦੇਹਰਾਦੂਨ ਹੋਸਟਲ ਜਾਣਾ ਹੁਣ ਵੀਰੇ ਆ ਦੇਹਰਾਦੂਨ ਕਿੱਥੇ ਕੁ ਬੰਦਾ ਪਲਾ ਉਹ ਦੇਹਰਾਦੂਨ ਪਏ ਨੂੰ ਤਾਂ ਕਹੀ ਸਕਦੀ ਹੋਗੀ ਹੁਣ ਤਾਂ ਸੁਕਣਾ ਢਹਿਣ ਵਾਲਾ ਵੀ ਹੋਇਆ ਪਿਆ ਤੈਨੂੰ ਮੈਂ ਦੱਸ ਇੱਥੋਂ ਲਈ ਮਲੋਟ ਵਾਲੀ ਬੱਸ ਠੀਕ ਹੈ ਮਲੋਟੋ ਜਾਈ ਸਿੱਧਾ ਬਠਿੰਡੇ ਬਠਿੰਡੇ ਬੋਦੀ ਵਾਲੇ ਚੌਂਕ ਚ ਉਤਰ ਸਾਰ ਕਿਸੇ ਸਿਆਣੇ ਬੰਦੇ ਤੋਂ ਪੁੱਛ ਲਈ ਵੀ ਮੈਂ ਦੇਹਰਾਦੂਨ ਜਾਣਾ ਬਸ ਉਹ ਜਾ ਕੇ ਆਪਦੀ ਰੋਜੀ ਰੋਟੀ ਨੂੰ ਵੇਖ ਉਹ ਤੈਨੂੰ ਵੀਹ ਵਾਰੀ ਕਿਹਾ ਵੀ ਆਪਦੀ ਰੋਜੀ ਭਾਬੀ ਦਾ ਇੱਜ਼ਤ ਨਾਲ ਨਾ ਲਿਆ ਕਰ ਉਹ ਸੱਚੀ ਯਾਦ ਆਇਆ ਯਾਰ ਇਹੋ ਜਿਹੇ ਵੇਲੇ ਤਾਂ ਰੋਜੀ ਆਪਦੇ ਬਾਪੂ ਨਾਲ ਹੱਟੀ ਚਾਹੀਦੀ ਹੁੰਦੀ ਹੈ ਮੈਂ ਚੱਲੋ ਧਿਆਨ ਨਾਲ ਜਾਈ ਧਿਆਨ ਸਾਲਾ ਲੱਗਦਾ ਕੱਲੇ ਜਾਊ ਮੈਂ ਤਾਂ ਇਹੋ ਜਿਹੇ ਕੰਮ ਚ ਤਾਂ ਬੰਦਾ ਗੱਲਾਂ ਠੀਕ ਰਹਿੰਦਾ ਸਾਲਾ ਐਵੇਂ ਬਕਵਾਸ ਮਾਰਦਾ ਰਹਿੰਦਾ ਉਹ ਯਾਰ ਜਗਤੇ ਉਹ ਤੂੰ ਪੈਗ ਲਾ ਆ ਬਣਾ ਹੀ ਪਿਆ ਤੇਰਾ ਆ ਫੜ ਖਿੱਚ ਓਏ ਨਾ ਓਏ ਕਰਮਿਆ ਉਹ ਲਾਲਾ ਯਾਰ ਉਹ ਜਿਹਨੂੰ ਇਸ਼ਕ ਦੀ ਖਮਾਰੀ ਚੜੀ ਹੁੰਦੀ ਆ ਨਾ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਪੈਂਦੀ ਅੱਛਾ ਜੀ ਵੀਰੇ ਜਿੱਥੇ ਤੂਫਾਨ ਜ਼ਿਆਦਾ ਆਉਂਦੇ ਹੋਣ ਨਾ ਉੱਥੇ ਛੱਤਾਂ ਨੀਵੀਆਂ ਰੱਖਣੀਆਂ ਪੈਂਦੀਆਂ ਕਰਮਿਆ ਹੁਣ ਤਾਂ ਆਸਾਂ ਦੇ ਮਹਿਲ ਖੜੇ ਹੋ ਗਏ ਹੁਣ ਤਾਂ ਤੂਫਾਨ ਰੁਕੇ ਤੇ ਪਤਾ ਲੱਗੂ ਕੀ ਟਹਿ ਗਿਆ ਤੇ ਕੀ ਰਹਿ ਗਿਆ ਤੈਨੂੰ ਪਤਾ ਅਗਲੀ ਦੇ ਸ਼ੌਂਕ ਤੇ ਖਿਆਲ ਵੱਡੇ ਨੇ
ਜੇ ਉਹਨੇ ਪਿਆਰ ਕਰਨ ਤੋਂ ਨਾ ਕਰਤੀ ਫਿਰ ਕੀ ਕਰੇਗਾ? ਇਹ ਮਨ ਪਰਚਾਵਾ ਨਹੀਂ ਹੈਗਾ, ਇਸ਼ਕ ਹੈ। ਇਹਦਾ ਸੀ ਕਿ ਦੋਵੇਂ ਪਾਸੇ ਬਰੋਬਰ ਹੁੰਦਾ, ਸਮਝੇ? ਬਾਈ ਤੂੰ ਵੱਡਾ ਆਸ਼ਕ, ਤੇਰੀਆਂ ਤੈਨੂੰ ਪਤਾ ਭਰਾਵਾ। ਕੱਛੇ ਧੋਣ ਵਾਲਾ ਸਾਬਣ ਚਾਹੀਦਾ। ਕੀ ਚਾਹੀਦਾ? ਉਹ ਪਜਾਮੇ ਧੋਣ ਵਾਲਾ, ਕੁੜਤੇ ਧੋਣ ਵਾਲਾ ਸਾਬਣ ਜੀ, ਸਾਬਣ ਚਾਹੀਦਾ। ਚੱਕ ਕੱਢ ਪੈਸੇ, ਪਾਣ ਲੈ ਲੋਗੇ? ਮੈਂ ਲੱਗਦਾ ਲੈਣੀ ਨੀ। ਚੱਲ ਕੋਈ ਦੁਕਾਨ ਬੰਦ ਕਰ। ਚੰਗਾ ਜੀ, ਸਤਿ ਸ੍ਰੀ ਅਕਾਲ। ਦੇਖੀ ਚੱਲ ਹੁਣ ਕੀ ਹੁੰਦਾ। ਕੀ ਦੇਖ ਰਿਹਾ? ਕੁਛ ਨੀ, ਛਿੜੀ ਛਿੱਕਾ। ਮੈਂ ਦੇਖਿਆ, ਅੱਖਾਂ ਫਾੜ ਫਾੜ ਕੇ ਮੈਨੂੰ ਹੀ ਦੇਖ ਰਿਹਾ ਸੀ ਨਾ। ਤੁਹਾਨੂੰ ਕਿਹਨੇ ਕਿਹਾ? ਮੈਂ ਆਪਣੀ ਅੱਖਾਂ ਨਾਲ ਦੇਖਿਆ। ਇਹਦਾ ਮਤਲਬ ਇਹ ਆ ਫਿਰ ਤੁਹਾਡਾ ਧਿਆਨ ਮੇਰੇ ਚ, ਤੁਹਾਡੀ ਗੇਮ ਚ ਨੀ। ਤੁਸੀਂ ਆਪਣਾ ਛਿੜੀ ਛਿੱਕਾ ਖੇਡੋ। ਮੈਨੂੰ ਨਾ ਤੇਰੀ ਸਲਾਹ ਦੀ ਕੋਈ ਲੋੜ ਨੀ ਹੈ। ਜਿੱਥੇ ਮੇਰਾ ਦਿਲ ਕਰੇ ਮੈਂ ਦੇਖੂ। ਠੀਕ ਆ ਫਿਰ, ਜਿੱਥੇ ਮੇਰਾ ਦਿਲ ਕਰੋ ਮੈਂ ਉੱਥੇ ਦੇਖੂ, ਤੇ ਜੇ ਮੈਂ ਤੁਹਾਨੂੰ ਨਹੀਂ ਪਸੰਦ ਤਾਂ ਤੁਸੀਂ ਮੇਰੇ ਨਾ ਦੇਖੋ। ਮੈਂ ਕਦੋਂ ਕਿਹਾ ਕਿ ਮੈਨੂੰ ਤੂੰ ਪਸੰਦ ਨਹੀਂ? ਉਹ ਤੈਨੂੰ ਕੀ ਹੋ ਗਿਆ? ਕਿਉਂ ਗਸ਼ੀ ਪੈ ਗਈ ਤੈਨੂੰ? ਉਹ ਪਤਾ ਨਹੀਂ ਲੱਗਿਆ ਕੁੜੀ ਕੀ ਕਹਿ ਕੇ ਗਈ ਹੈ ਤੈਨੂੰ? ਉਹ ਤੈਨੂੰ ਪਿਆਰ ਕਰਦੀ ਹੈ, ਤੇਰੇ ਤੇ ਮਰਦੀ ਆ ਉਹ। ਕਿਵੇਂ ਇਸ਼ਕ ਦੀ ਫਰਨ ਫਰਨ ਹਵਾ ਆ ਰਹੀ ਸੀ ਉਹਦੇ ਚੋਂ? ਹੈ ਓਏ, ਐਵੇਂ ਸਾਰਾ ਪੰਪੜਾ ਛੱਕ ਜੀ, ਇਹਨੇ ਛਿੱਤਰ ਖਾ ਕੇ ਕੱਪੜੇ ਚੜ ਕੇ ਚਲੇ ਜਾਣਾ, ਇੱਜਤ ਆਪਣੀ ਚਲੇ ਜਾਣੀ ਵੀਰੇ। ਇੱਜਤ ਨੂੰ ਤੂੰ ਤਾਂ ਕਾਲਜ ਦੇ ਵਿੱਚ ਚਾਰ ਘੋੜਾਣੇ ਰਸਤੇ ਆਉਣਾ ਨਾ, ਭੂਪਣਾ ਨਾਲ ਖੁੱਲਦਾ ਤੇਰਾ ਤਾਂ ਦਰਵਾਜ਼ਾ। ਚੁੱਪ ਕਰ ਯਾਰ, ਮੈਨੂੰ ਸਾਲੀ ਇਹ ਸਮਝ ਨਹੀਂ ਲੱਗਦੀ ਮੈਨੂੰ ਕਿਹੜੇ ਗੇੜ ਪਾ ਗਈ ਯਾਰ ਗਦੀ ਗੇਮ ਚ। ਕੇਸਰ ਵੀ ਭੇਜਿਆ ਚਿੱਠੀ ਨਾਲ? ਇਹ ਤਾਂ ਨੌ ਹੈ। ਡਮਰੂ ਮਿਲ ਗਿਆ ਚਿੱਠੀਆਂ। ਜਗ ਤੇ ਹੱਸਣਾ ਯਾਰ, ਇਹ ਰੋਜੀ ਨੇ ਨਾ ਨੌ ਭੇਜੇ, ਬਿਨਾਂ ਨੌ ਨਾਲ ਡਮਰੂ ਲਹੂ ਕੱਢੇ, ਫਿਰ ਉਸੇ ਲਹੂ ਨਾਲ ਇਸੇ ਕਾਗਜ਼ ਤੇ ਆਪਣਾ ਪਿਆਰ ਲਿਖ ਕੇ ਭੇਜੇ। ਉਹ ਨਾਲੇ ਸਾਲੇ ਇੱਕ ਗੱਲ ਯਾਦ ਰੱਖੀ, ਜਾਂਦਾ ਖੂਨ ਕਿਸੇ ਮੁਰਗੇ ਬੱਕਰੇ ਦਾ ਲੈ ਜੀ, ਜਿੰਨੀ ਤੂੰ ਦਾਰੂ ਸੜੁਕਦਾ ਨਾ, ਨਹੀਂ ਤਾਂ ਸਾਲੇ ਸਾਰੀ ਚਿੱਠੀ ਚ ਵਾੜ ਮਾਰੂ। ਮੇਰੀ ਗੱਲ ਸੁਣ ਡਮਰੂ, ਕੀ ਹੋ ਗਿਆ? ਉਹ ਚੱਲ ਮਾਫ ਕਰ ਦੇ ਯਾਰ, ਉਹ ਅਸੀਂ ਚੌੜ ਕਰਦੇ ਸੀ। ਸਾਲੇ ਮੈਂ ਵੀ ਤਾਂ ਚੌੜੀ ਕਰਦਾ, ਹੋਰ ਬੜਾ ਮੈਂ ਦਲੀਪ ਕੁਮਾਰ ਟ੍ਰੈਜਿਕ ਐਂਗਲ ਸਾਲਾ ਨਕਲ ਚੀ ਨਾ ਹੋਵੇ। ਇੱਕ ਗੱਲ ਦੱਸਾਂ ਕਿ ਜੇ ਇਹ ਨੌ ਸ਼ੋਕੀ ਲੱਲਦੇ ਹੋਏ ਨਾ, ਤਾਂ ਸਮਝੋ ਉਹਦੇ ਦਸਾਂ ਨੌ ਦੀ ਕਮਾਈ ਆਪਣੇ ਕੋਲ ਹੀ ਆ ਗਈ। ਰੋਜੀ ਤਾਂ ਨੇਰ ਸਵੇਰ ਆਪੇ ਆਜੂ। ਉਹ ਚੌਰਿਆ, ਉਹ ਨੇਰ ਸਵੇਰ ਨਹੀਂ ਹੁੰਦਾ, ਦੇਰ ਸਵੇਰ ਹੁੰਦਾ। ਉਹ ਆਸ਼ਕਾਂ ਦਾ ਤਾਂ ਨੇਰ ਸਵੇਰ ਹੀ ਹੁੰਦਾ। ਇੱਕ ਗੱਲ ਹੋਰ, ਚਿੱਠੀ ਨੇ ਮੇਰਾ ਚਾਹੇ ਕੰਮ ਨਹੀਂ ਕੀਤਾ, ਪਰ ਜਗ ਤੇ ਤੇਰਾ ਜ਼ਰੂਰ ਕਰੂਗੀ। ਉਹ
ਉਹ ਕਿਵੇਂ ਯਾਰ ਦੱਸਦਾ ਜਾ ਰਿਹਾ ਹੁਣ ਤਾਂ ਸੁੰਡੀ ਝਾਟੀ ਵੀ ਲੈ ਲਈ ਹੁਣ ਤਾਂ ਕਰੇਗਾ ਕੰਮ ਡਮਰੂ ਮੇਰਾ ਪੂਰਾ ਨਾਮ ਲਿਆ ਕਰ ਲਖਵਿੰਦਰ ਪੂਰੇ ਨਾਂ ਨੂੰ ਗੁਰਦੌਰ ਲੱਗਿਆ ਤੂੰ ਨਖਰੇ ਵੇਖਾਂ ਮੰਡੇ ਲਾਵੇ ਗੁਰੂ ਦੇ ਓਏ ਆ ਮੇਰਾ ਮਖਵਿੰਦਰ ਪੁੱਤਾ ਕਰੇਗਾ ਨਾ ਪੁੱਤ ਮੇਰਾ ਕੰਮ ਕਰੂਗਾ ਕਰੂਗਾ ਹਨਾ ਵੀਰੇ ਤੂੰ ਤਾਂ ਹੀ ਕਹਿ ਲੇਕਿਨ ਆ ਦੋਨੋਂ ਬੰਦੇ ਮੈਨੂੰ ਪਸੰਦ ਨਹੀਂ ਹੈ ਉੱਪਰ ਉੱਪਰ ਡਮਰੂ ਹੋਰ ਉੱਪਰ ਹੋਰ ਹੁਣ ਚਾਰੇ ਚੜ ਜੀਏ ਤੰਗ ਵੀ ਪਤੜੋ ਕਿਵੇਂ ਪਤੜਾ ਤੰਨ ਕੰਨਾਂ ਤੇ ਢਿੱਡ ਦੇ ਵਿਚਾਲੇ ਢਿੱਡ ਵੀ ਆਉਂਦਾ ਉਹ ਜਗਤੇ ਨੂੰ ਛੇਤੀ ਮਨਾ ਫੁੱਫੜ ਨੂੰ ਉਹ ਮੇਰਾ ਪੁੱਤ ਮੰਨ ਗਿਆ ਮੇਰਾ ਮਖਵਿੰਦਰ ਪੁੱਤ ਚਲ ਮੰਨ ਜਾ ਚਲ ਮੰਨ ਜਾ ਮੇਰਾ ਬੁੱਗਾ ਉਹ ਮੰਨ ਜਾ ਯਾਰ ਅੱਛਾ ਠੀਕ ਹੈ ਉਹ ਮੰਨ ਗਿਆ ਸੁਣ ਲਈਏ ਸ਼ੁਕਰ ਹੈ ਓਏ ਤੇ ਅੱਜ ਫ੍ਰੀ ਹੈ ਨਾ ਤੂੰ ਹਾਂ ਹਾਂ ਸ਼ਾਪਿੰਗ ਕਰਨੀ ਹੈ ਬਹੁਤ ਸਾਰੀ ਹਾਂ ਹਾਂ ਪੱਕਾ ਪੱਕਾ ਓਏ ਓਏ ਹਟ ਓ ਛੋਟੂ ਦੀਦੀ ਆ ਚਿੱਠੀ ਤੁਹਾਡੇ ਲਈ ਹੈ ਮੇਰੇ ਲਈ ਜਾਂ ਇਹਦੇ ਲਈ ਜੱਟ ਵੀਰ ਨੇ ਕਿਹਾ ਸੀ ਕਿ ਆ ਚਿੱਠੀ ਲਾਲ ਸੂਟ ਵਾਲੀ ਨੂੰ ਦੇਣੀ ਹੈ ਅੱਛਾ ਆਪਣੇ ਵੀਰੇ ਨੇ ਪੁੱਛ ਕਿ ਆ ਚਿੱਠੀ ਮੈਨੂੰ ਕੀ ਦੇਣੀ ਆ ਬਾਬਾ ਸੁਣੀ ਦਾਸ ਜੀ ਆਹ ਪ੍ਰਸ਼ਾਦ ਕਿੱਥੇ ਚੜਾਉਣਾ ਜੀ ਪਰ ਤੁਹਾਨੂੰ ਆਂਦੋ ਲੋ ਵੀ ਭਗਤ ਬਾਬੇ ਦੇ ਬਚਨ ਹੋ ਗਏ ਜੱਟ ਵੀ ਨੇ ਦੇ ਪਿਆ ਸੀ ਆ ਚਿੱਠੀ ਤਾਂ ਭੇਜਿਆ ਕਿਉਂਕਿ ਉਹਨਾਂ ਨੂੰ ਪਸੰਦ ਤਰਦਾ ਹੈ ਅੱਛਾ ਜੀ ਆਪਣੇ ਜੱਟ ਵੀਰੇ ਨੂੰ ਪੁੱਛ ਕੇ ਮੈਨੂੰ ਹੀ ਕਿਉਂ ਪਸੰਦ ਕਰਦਾ ਹੈ ਲੈਕਰੋਤ ਕਾਚੇ ਨੂੰ ਵੀ ਦੇ ਦਿੱਤੇ ਨੇ ਸੜੀ ਇਹ ਕਿਹੋ ਜਿਹਾ ਸਵਾਲ ਹੋਇਆ ਹੁਣ ਪਸੰਦ ਤਾਂ ਲੋਕ ਯੋਜੋ ਨਛੱਤਰ ਸਿੰਘ ਨੂੰ ਵੀ ਕਰੀ ਜਾਂਦੇ ਨੇ ਨੀ ਤੇਰੇ ਕਰਕੇ ਬਸ ਬੰਦ ਕਰ ਯਾਰ ਉਹ ਯਾਰ ਚਲਮਾਂ ਜੀ ਵੀ ਖਾ ਲੈਣੀਆਂ ਸੀ ਹੁਣ ਇਹ ਕਿਹੜਾ ਸੀ ਕਬਾੜੀਆਂ ਨੂੰ ਵੇਚਣ ਜਾਈਏ ਜੱਟ ਵੀ ਨੇ ਪਿਆ ਸੀ ਉਹ ਤੁਹਾਨੂੰ ਤਾਂ ਪਸੰਦ ਕਰਦਾ ਹੈ ਕਿਉਂਕਿ ਉਹ ਤੁਹਾਨੂੰ ਪਿਆਰ ਕਰਦਾ ਹੈ ਅੱਛਾ ਆ ਲੈ ਚੱਲ ਭਾਜੇ ਤੋਂ ਮਖਵਿੰਦਰ ਪੁੱਤ ਇੱਕ ਵਾਰੀ ਮੇਰਾ ਕੰਮ ਕਰਦੇ ਪੁੱਤ ਇੱਕ ਵਾਰੀ ਮੇਰਾ ਕੰਮ ਹੋਰ ਕਰਦੇ ਪੁੱਤ ਠੀਕ ਆ ਫੇਰ ਅੱਜ ਕੱਲ ਗੱਲ ਤੇਰੀ ਯਾਰ ਹੀ ਰਹਿਣੀ ਪਾਰ ਪੂਰ ਨੀ ਲੱਗਣੀ ਤੋਂ ਉਹ ਯਾਰ ਸਿਰਾ ਲਾ ਕੇ ਆਊਗਾ ਉਹ ਬਗਰੀ ਪੈ ਗਿਆ ਆਈ ਡੋਂਟ ਨੋ ਪਹਿਲਾਂ ਸ਼ਾਪਿੰਗ ਤੇ ਚੱਲਾਂਗੇ ਫਿਰ ਪਾਰਕ ਤੇ ਚੱਲਾਂਗੇ ਪੱਕਾ ਦੀਦੀ ਚਿੱਠੀ ਫਰਨੀ ਹੈ ਨਹੀਂ ਫਰਨੀ ਨਾ ਨਹੀਂ ਫਰਨੀ ਨਾ ਤਾਂ ਆ ਜੀ ਸਿੱਟ ਗਿਆ ਕੀ ਸਾਡਾ ਡਾਕੀਆ ਨਿਕੜਾ ਜਿਹਾ ਜੀ ਤਾਂ ਸੁਣਦੀ ਹੈ ਸੋਹਣੀ ਹੈ ਤੇਰੀਆਂ ਬਰੰਗ ਚਿੱਠੀਆਂ ਉਹ ਚੱਲ ਚਿੱਠੀ ਦਾ ਜਵਾਬ ਨਾ ਸਹੀ ਘੱਟੋ ਘੱਟ ਤੈਨੂੰ ਉਹੀ ਜਵਾਬ ਦੇ ਜਾਂਦੀ ਸ਼ਬ ਸ਼ਬ ਬੋਲਿਆ ਕਰ ਯਾਰ ਮੁਰਦਾ ਬੋਲੂ ਕੱਫਣ ਹੀ ਪਾੜੂ ਲੈ ਜਗਤੇ ਲੱਭ ਗਈ ਚਿੱਠੀ ਲਿਖਣ ਦੇ 100 ਤਰੀਕੇ ਚਿੱਠੀਆਂ ਕਹਿੰਦੇ ਪੱਥਰ ਯੁੱਗ ਤੋਂ ਹੀ ਸ਼ੁਰੂ ਹੋ ਗਈਆਂ ਸੀ ਸੁਣਨ ਚ ਆਇਆ ਵੀ ਲੋਕ ਕਬੂਤਰਾਂ ਦੇ ਗਲਾਂ 'ਚ ਚਿੱਠੀਆਂ ਪਾ ਦਿੰਦੇ ਸੀ ਤੇ ਇਸ ਗੱਲ ਦਾ ਕਬੂਤਰ ਨੂੰ ਵੀ ਪਤਾ ਹੁੰਦਾ ਸੀ ਵੀ ਚਿੱਠੀ ਦਾ ਜਵਾਬ ਦੇਣਾ ਲੈ ਅੱਜ ਕੱਲ ਕਈ ਇਨਸਾਨਾਂ ਨੂੰ ਨਹੀਂ ਪਤਾ ਵੀ ਚਿੱਠੀ ਦਾ ਜਵਾਬ ਵੀ ਦੇਈਦਾ ਹੁੰਦਾ ਯਾਰ ਆ ਕੁੜੀਆਂ ਨੂੰ ਵੀ ਸਮਝਣ ਵਾਲੀ ਕੋਈ ਕਿਤਾਬ ਹੈਗੀ ਆ ਤੂੰ ਹੀ ਬਾਹਰ ਚਲਾ ਲਈ ਮੈਨੂੰ ਸਕੂਟਰ ਦੀ ਚਾਬੀ ਦੇ ਦੇ ਯਾਰ ਮੈਂ ਰੋਜੀ ਨੂੰ ਮਿਲ ਕੇ ਆਉਂਦਾ ਤੂੰ ਚਲਾ ਲਏਗਾ ਸਕੂਟਰ ਉਹ ਦੇਖ ਡਰਾਈਵਰ ਰੱਖਿਆ
ਸਾਲਾ ਡਰਾਈਵਰ ਦੱਸਦਾ ਆ ਕੀ ਹੋਇਆ ਓਏ ਆ ਕਿੱਥੋਂ ਆ ਗਈ ਸਤਿ ਸ੍ਰੀ ਅਕਾਲ ਆਂਟੀ ਜੀ ਸਤਿ ਸ੍ਰੀ ਅਕਾਲ ਧੀਏ ਤੂੰ ਭਲਾ MLA ਸਾਹਿਬ ਦੀ ਧੀ ਨੀ ਹਾਂਜੀ ਆਂਟੀ ਜੀ ਮੈਂ MLA ਸ਼ਮਸ਼ੇਰ ਸਿੰਘ ਦੀ ਧੀ ਆ ਸਾਲਾ ਖੜ ਜਾ ਪਿੱਛੇ ਸਬਰ ਰੱਖ ਬੇਬੇ ਤੂੰ ਕਿਉਂ ਜੋਂ ਟਕਾਉਣੇ ਆ ਕੁੜੇ ਤੂੰ ਟਰੈਕਟਰ ਚਲਾ ਲੈਨੀ ਆ ਟਰੈਕਟਰ ਆਂਟੀ ਜੀ ਮੈਂ ਤਾਂ ਬੁਲਟ ਵੀ ਚਲਾ ਲੈਨੀ ਆ ਹੋਰ ਕੀ ਉਹ ਕੀ ਹੈ ਨਾ ਟਰੈਕਟਰ ਨਾ ਫਾਰਮ ਹਾਊਸ ਤੇ ਖੜਾ ਕਰਨਾ ਸੀਗਾ ਮੈਂ ਪਾਪਾ ਨੂੰ ਕਿਹਾ ਕਿ ਪਾਪਾ ਨੌਕਰ ਨੂੰ ਨਾ ਭੇਜੋ ਮੈਂ ਹੀ ਚਲੇ ਜਾਵਾਂਗੀ ਇਸੇ ਬਹਾਨੇ ਗੇੜਾ ਛੇੜਾ ਵੀ ਲੱਗ ਜਾਓ ਚੱਲ ਚੰਗਾ ਕੀਤਾ ਬੱਸ ਹਾਂਜੀ ਆਂਟੀ ਜੀ ਆਂਟੀ ਜੀ ਪਾਣੀ ਮਿਲੋ ਪੀਣ ਲਈ ਹਾਂ ਹਾਂ ਜਬਨ ਪਾਣੀ ਲਿਆ ਪੁੱਤ ਕੁੜੀ ਲਈ ਆਇਆ ਜੀ ਵੀਰੇ ਫਿਰ ਪਾਣੀ ਦੇ ਦਾਂ ਕਿ ਡੋਲੂ ਚ ਪਾ ਦਾਂ ਖਿੱਦ ਜਾਣਾ ਤਾਂ ਹੈਗਾ ਤੂੰ ਵੀ ਇਕੱਠੇ ਹੀ ਪੀ ਲਿਓ ਤੂੰ ਮਰਦਾ ਰਹੀ ਕੁੜੇ ਤੂੰ ਟਰੈਕਟਰ ਤੇ ਬੈਠੀ ਰਹਿਣਾ ਪਹਿਲੀ ਵਾਰੀ ਸਾਡੇ ਘਰ ਆਈ ਆ ਧੀਏ ਚਾਹ ਤੇ ਪੀ ਕੇ ਜਾ ਨਹੀਂ ਆਂਟੀ ਜੀ ਉਹਨਾਂ ਥੋੜੀ ਛੇਤੀ ਹੈ ਆ ਲਓ ਜੀ ਪਾਣੀ ਪਾਣੀ ਪੀਣਾ ਚੰਗਾ ਜੀ ਫਿਰ ਚਲਦੀ ਆ ਮੈਂ ਫਾਰਮ ਹਾਊਸ ਤੇ ਅੱਜ ਤਾਂ ਜਿੰਦਾ ਮਰ ਤੂੰ ਸੁਣ ਨੂੰ ਮੈਨੂੰ ਲੱਗਦਾ ਵਾਹ ਬੜੀ ਛੇਤੀ ਆ ਗਏ ਤੁਸੀਂ ਹਾਂਜੀ ਬਸ ਹਾਂਜੀ ਵੇਖ ਲੋ ਜੀ ਬਸ ਨਾਲੇ ਕਿੰਨੀ ਦੂਰ ਪੈਂਦਾ ਜੀ ਖੇਤ ਫਿਰ ਵੀ ਇੱਕ ਮਿੰਟ ਲੈ ਜੀ ਆਉਂਦੇ ਮੈਂ ਤੁਹਾਡੀ ਕੋਈ ਸਿਫਤ ਨਹੀਂ ਕੀਤੀ ਪੁੱਛ ਰਹੀ ਆ ਇੰਨਾ ਟਾਈਮ ਕਿਵੇਂ ਲੱਗਿਆ ਉਹ ਆ ਤਾਂ ਜਾਣਾ ਸੀ ਜੀ ਬਸ ਉਹ ਨਵੀਂ ਨਵੀਂ ਗੱਲ ਬਣੀ ਆ ਜੀ ਮੁੰਡੇ ਦੀ ਰਸਤੇ 'ਚ ਭੰਗੜੇ ਪਾਉਣ ਲੱਗੇ ਹੁਣ 4 ਕਿਲੋਡੀਆਂ ਤਾਂ ਬਣ ਗਈਆਂ ਆ ਤਾਂ ਜਾਣਾ ਸੀ ਜੀ ਉਹ ਪਰ ਉਹ ਡਰ ਲੱਗਦਾ ਸੀ ਮੇਰੇ ਤੋਂ ਡਰ ਲੱਗਦਾ ਸੀ ਨਹੀਂ ਮੇਰੇ ਤੋਂ ਨਹੀਂ ਆਪਣੀ ਤਕਦੀਰ ਤੋਂ ਜਿਹੜਾ ਕਾਇਨਾਤ ਢਿੱਲੋਂ ਨੂੰ ਪਸੰਦ ਹੈ ਨਾ ਉਹਨੂੰ ਡਰਨ ਦੀ ਕੋਈ ਲੋੜ ਨਹੀਂ ਸਮਝਿਆ ਆ ਜਾ ਫਿਰ ਬਾਗ ਦਿਖਾਵਾਂ ਆ ਜਾ ਬਾਗ ਨੂੰ ਬੜਾ ਗਲਗਲਾਂ ਦਾ ਬਾਗ ਲਾਇਆ ਨੇ ਨਾ ਮਾਰਿਆ ਕਰ ਤੂੰ ਆਪ ਕਹਿ ਲੈ ਆਪ ਕਹਿ ਲੈ ਤੂੰ ਹਾਏ ਮੈਂ ਕੀ ਕੀਤਾ ਕੀ ਹੋਇਆ ਮੈਨੂੰ ਕਹਿੰਦੀ ਅੱਜ ਤੈਨੂੰ ਫੁੱਲਾਂ ਦਾ ਬਾਗ ਦਿਖਾਉਣਾ ਦਿਖਾਉਣਾ ਲੈ ਦੱਸ ਹਾਏ ਝੂਠਾ ਮੈਂ ਕਦੋਂ ਕਿਹਾ ਕਿਹਾ ਤਾਂ ਹੈ ਹਾਂ ਉਹ ਫਿਰ ਕੀ ਹੋਇਆ ਦਿਖਾ ਦੇ ਇਹਨੂੰ ਫੁੱਲਾਂ ਵਾਲਾ ਬਾਗ ਜਾ ਚੱਲ ਵੈਸੇ ਮੈਂ ਜਾਂਦਾ ਨਹੀਂ ਹੁੰਦਾ ਕਿਸੇ ਨਾਲ ਬਸ ਤੇਰੇ ਕਹੇ ਤੋਂ ਜਾ ਰਿਹਾ ਉਹ ਚਿੱਠੀ ਵਿੱਚ ਲਿਖਿਆ ਸੀ ਨਾ ਕਿ ਮਿਲ ਕੇ ਤੂੰ ਮੈਨੂੰ ਕੁਝ ਕਹਿਣਾ ਚਾਹੁੰਦਾ ਮੈਂ ਕਹਿਣਾ ਚਾਹੁੰਦਾ ਸੀ ਨਹੀਂ ਤੁਹਾਡੇ ਬਾਗ ਵਾਲੇ ਸੋਹਣੇ ਆ ਜੀ ਇਹ ਗੱਲ ਤੂੰ ਮੇਰੇ ਪਾਪਾ ਜੀ ਨੂੰ ਕਹਿੰਦਾ ਨਾ ਤਾਂ ਕੋਈ ਇਨਾਮ ਵੀ ਮਿਲਦਾ ਤੁਸੀਂ ਬਾਲੇ ਸੋਹਣੇ ਹੋ ਜੀ ਮੈਨੂੰ ਪਤਾ ਦੇਖੋ ਜੀ ਆਪਣੇ ਆਪ ਦਾ ਤਾਂ ਸਭ ਨੂੰ ਪਤਾ ਹੁੰਦਾ ਜੀ ਹੁਣ ਸਾਡਾ ਡਮਰੀ ਲੈ ਲਓ ਅੱਧਾ ਕਮਲਾ ਉਹਨੂੰ ਵੀ ਪਤਾ ਜੀ ਜਗਤ ਜਿਹੜੀ ਗੱਲ ਕਹਿਣਾ ਚਾਹੁੰਦਾ ਹੈ ਨਾ ਮੈਨੂੰ ਉਹ ਦੱਸ ਮੈਂ ਕਹਿਣਾ ਚਾਹੁੰਦਾ ਸੀ ਕਿ ਕੀ ਕਹਾਂ ਜੀ ਮੈਂ ਮੇਰੇ ਲਈ ਮੁਸ਼ਕਿਲ ਹੈ ਥੋੜਾ ਜਿਹਾ ਮੇਰੇ ਤੋਂ ਨਹੀਂ ਕਿਹਾ ਹੁਣ ਔਖਾ ਜੀ ਮੇਰੇ ਵਾਸਤੇ ਆਈ ਲਵ ਯੂ ਹਾਂਜੀ ਜਗਤ ਇੱਕ ਕੁੜੀ ਨਾ ਇੰਨਾ ਹੀ ਕਹਿ ਸਕਦੀ ਹੈ
देखो जी नहीं जी बाला बाला औखा जी मेरे वास्ते मैं तो नहीं कह हूंगा सच्ची अखियां बिच वसदे सजना तेरे मैं दिल बिच रहना बस दे सजना तेरे मैं दिल विच रहना अलड़ दी जान लटक दी हल कोई करना है पैना तेरे थोड़े और राते डाली ना गली वे तेरे नल जीना सजना मजमा कदा लाया ਇਹ ਸਾਡਾ ਨਿੱਜੀ ਮਾਮਲਾ ਹੈ ਨਿਕਲੋ ਮਸਟ ਉਹ ਮੈਂ ਤੈਨੂੰ ਪੁੱਛਦਾ ਨਾਮ ਕੀ ਹੈ ਤੇਰਾ ਨਾਮ ਕੀ ਹੈ ਤੇਰਾ ਬੱਲੀ ਨਾਂ ਹੈ ਮੇਰਾ
ਬੱਲੀ ਢਿੱਲੋ ਅੱਗੇ ਤੋਂ ਬਾਹ ਨਾ ਫੜੀ ਸ਼ਰਮ ਆਉਣੀ ਚਾਹੀਦੀ ਹੈ ਤੈਨੂੰ ਵੀਰੇ ਉਹ ਸਾਡੇ ਸਰ ਨੇ ਸਰ ਹੋ ਤੇਰਾ ਉਹਨਾਂ ਦੀ ਉਮਰ ਦਾ ਲਿਹਾਜ਼ ਕਰਦਾ ਕੀ ਗੱਲ ਬੜੀ ਸਾਡੇ ਲਈ ਜਾ ਰਹੀ ਹੈ ਪਾਪਾ ਜੀ ਸਮਝਾਓ ਵੀਰੇ ਨੂੰ ਬਾਪੂ ਜੀ ਹੁਣ ਮੇਰੇ ਏਰੀਏ ਚ ਆ ਕੇ ਕਿਸੇ ਨੂੰ ਮੇਰਾ ਨਾਂ ਹੀ ਨਹੀਂ ਪਤਾ ਤੇ ਕੰਮ ਤਾਂ ਲਾਫੜਿਆਂ ਵਾਲੇ ਆ ਸਿੱਧਾ ਥੱਪੜ ਹੀ ਜੜਤਾ ਹੋਏ ਆ ਤਾਂ ਸਾਰੀਆਂ ਦਾਦੇ ਤੇ ਗਈਆਂ ਮਾੜਾ ਮੋਟਾ ਮੇਰਾ ਵੀ ਖਿਆਲ ਕਰ ਲਿਆ ਕਰ ਹਾਂਜੀ ਕੀ ਗੱਲ ਸਹੀ ਹੈ ਜੀ ਸਤਿ ਸ੍ਰੀ ਅਕਾਲ ਐਮ ਐਲ ਏ ਸਾਹਿਬ ਸਤਿ ਸ੍ਰੀ ਅਕਾਲ ਬੈਠੋ 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 ਦੱਸੋ ਹਾਂਜੀ ਸਰ ਇਹ ਪ੍ਰੋਫੈਸਰ ਸੰਦੀਪ ਸਿੰਘ ਹੈ ਜੀ ਕਾਲਜ ਵਿੱਚ ਜਿਨ੍ਹਾਂ ਨਾਲ ਕੱਲ੍ਹ ਕਾਲਜ ਵਿੱਚ ਕਾਕਾ ਜੀ ਦੀ ਗੱਲ ਹੋਈ ਸਰ ਮਾਫ਼ੀ ਮੰਗਣਾ ਚਾਹੁੰਦੇ ਸਰ ਸੰਦੀਪ ਸੋਰੀ ਜੀ ਹੈਂ ਸੁਣਿਆ ਨਹੀਂ ਥੋੜਾ ਉੱਚਾ ਤੇ ਇੱਜ਼ਤ ਨਾਲ ਸੋਰੀ ਕਾਕਾ ਜੀ ਵੈਸੇ ਕੀ ਪੜ੍ਹਾਉਂਦੇ ਹੋ ਤੁਸੀਂ ਹਿਸਟਰੀ ਪੜ੍ਹਾਉਂਦਾ ਜੀ ਹਿਸਟਰੀ 'ਚ ਤਾਂ ਇਕੱਲੀ ਇਕੱਲੀ ਗੱਲ ਡਿਟੇਲ 'ਚ ਦੱਸੀ ਜਾਂਦੀ ਹੈ ਥੋੜ੍ਹਾ ਵਿਸਥਾਰ 'ਚ ਦੱਸੋ ਮਾਸਟਰ ਜੀ ਮੈਂ ਜੀ ਮੈਂ ਆਪਣੀ ਕੱਲ੍ਹ ਵਾਲੀ ਗੱਲ ਲਈ ਸ਼ਰਮਿੰਦਾ ਹਾਂ ਜੀ ਮੈਨੂੰ ਮਾਫ਼ ਕਰ ਦਿਓ ਵਾਹ ਮਾਫ਼ੀ ਮੰਗਣ ਵਾਲਾ ਬੰਦਾ ਬਹੁਤ ਵੱਡਾ ਹੁੰਦਾ ਕਿਆ ਬਾਤ ਹੈ ਬੇਟਾ ਹੱਥ ਮਿਲਾ ਬਈ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਥੈਂਕ ਯੂ ਜੀ ਅਸੀਂ ਚੱਲਦੇ ਹਾਂ ਸਰ ਪ੍ਰਿੰਸੀਪਲ ਸਾਹਿਬ ਇੱਕ ਗੱਲ ਹੋਰ ਜੀ ਸਰ ਕੱਲ ਮੇਰੇ ਸਪੂਤ ਦਾ ਜਨਮ ਦਿਨ ਹੈ ਸਾਰਿਆਂ ਨੇ ਆਉਣਾ ਜਰੂਰ ਆਵਾਂਗੇ ਸਰ ਗੁੱਡ ਥੈਂਕ ਯੂ ਜੀ ਥੈਂਕ ਯੂ ਕਾਕਾ ਜੀ ਥੈਂਕ ਯੂ ਸਰ ਜਦ ਤੱਕ ਸਹੀ ਜਵਾਬ ਨੀ ਨਾ ਦਿੰਦਾ ਉਨੀ ਦੇਰ ਤੱਕ ਲੱਗਿਆ ਰਹੀ ਸਮਝ ਗਿਆ ਹਾਂਜੀ ਓ ਯਾਰ ਪੰਜ ਦਿਨ ਚਾਰ ਰਾਤਾਂ ਹੋ ਗਈਆਂ ਯਾਰ ਮਿਲਿਆਂ ਨੂੰ ਕਿਉਂ ਰੋਜ਼ ਤਾਂ ਮਿਲਦੇ ਆ ਕਾਲਜ ਉਹ ਵੀ ਕੋਈ ਮਿਲਣਾ ਜੀ ਕੋਲ ਦੀ ਲੰਘ ਜਾਂਦੇ ਹੋ ਫਿਰ ਕਿਵੇਂ ਮਿਲਣਾ ਅੱਖਾਂ ਚ ਅੱਖਾਂ ਪਾ ਕੇ ਬੈਠਣਾ ਸਮਝਿਆ ਕਰੋ ਕੀ ਸਮਝਿਆ ਕਰਾਂ ਉਹ ਨਾਲੇ ਮੈਂ ਉਹ ਪਾਰੀ ਵਾਲੀ ਅਰਜੀ ਲਈ ਸੀ ਉਹਦਾ ਵੀ ਦੱਸ ਦਿੰਦੇ ਕੀ ਬਣਿਆ ਅੱਛਾ ਜੀ ਹਾਂ ਕਿੱਥੇ ਆਈ ਲਵ ਯੂ ਕਹਿਣ ਲੱਗੇ ਹੱਥ ਪੈਰ ਠੰਡੇ ਹੋ ਰਹੇ ਸੀ ਹੁਣ ਕਿੱਥੇ ਪਾਰੀਆਂ ਮੰਗੀਆਂ ਜਾ ਰਹੀਆਂ ਨੇ ਆ ਹੌਸਲੇ ਕੁਝ ਜ਼ਿਆਦਾ ਨਹੀਂ ਵੱਧ ਗਏ ਉਹ ਪਿਆਰ 'ਚ ਨਾ ਜੀ ਬਾਹਲੀ ਸ਼ਕਤੀ ਹੁੰਦੀ ਹੈ ਜੀ ਨਾਲੇ ਬੰਦੇ ਨੂੰ ਮੱਲੋ ਮੱਲੀ ਦਲੇਰ ਕਰ ਦਿੰਦੀ ਹੈ ਜੀ ਮੇਰੇ ਕੋਲੋਂ ਤਾਂ ਹਜੇ ਦੋ ਤਿੰਨ ਦਿਨ ਆਇਆ ਨਹੀਂ ਜਾਣਾ ਉਸ ਤੋਂ ਬਾਅਦ ਤੇਰੀ ਪਾਰੀ ਵਾਲੀ ਅਰਜ਼ੀ ਬਾਰੇ ਸੋਚਿਆ ਜਾ ਸਕਦਾ ਹੈ ਉਹ ਅੱਛਾ ਜੀ ਪਰ ਦੋ ਤਿੰਨ ਦਿਨ ਬਾਹਲਾ ਲੇਟ ਨਹੀਂ ਹੋ ਜੀ ਇੱਕ ਰਾਹ ਹੈ ਕੱਲ ਬੱਲੀ ਵੀਰੇ ਦੀ ਬਰਥਡੇ ਪਾਰਟੀ ਹੈ ਆ ਜਾ ਘਰੇ ਲੈ ਜਾ ਪਾਰੀ ਕੀ ਹੋਇਆ ਕਿੱਥੇ ਗਈ ਪਿਆਰ ਵਾਲੀ ਸ਼ਕਤੀ ਹੈਲੋ ਨਹੀਂ ਨਹੀਂ ਕੋਈ ਨੀ ਜੀ ਆਪਣੇ ਘਰ ਹੈ ਆ ਜਾਂਗੇ ਨਾਲੇ ਦੇਖਿਓ ਕਿਤੇ ਮੁੱਕਰ ਨਾ ਜਾਇਓ ਉਹ ਨਹੀਂ ਹੋਏ ਕਾਇਨਾ ਢਿੱਲੋ ਜੋ ਕਹਿੰਦੀ ਹੈ ਉਹੀ ਕਰਦੀ ਹੈ
ਕਾਇਨਾਤ ਓਹੋ ਹਾਂਜੀ ਬੇਟਾ ਕਿਹਦੇ ਨਾਲ ਗੱਲਾਂ ਤੇ ਲੱਗੀ ਹੈ ਮੰਮਾ ਉਹ ਪ੍ਰੀਤੀ ਹੈ ਅੱਛਾ ਪ੍ਰੀਤੀ ਹੈ ਲਿਆ ਮੇਰੀ ਗੱਲ ਕਰਾ ਕਿੰਨੇ ਦਿਨ ਹੋ ਗਏ ਆਈ ਨੀ ਹੈਲੋ ਹੈਲੋ ਪ੍ਰੀਤੀ ਬੇਟਾ ਤੂੰ ਆਈ ਹੈਲੋ ਹੈਲੋ ਫੋਨ ਹੀ ਕੱਟਤਾ ਨੈਟਵਰਕ ਪ੍ਰੋਬਲਮ ਚੰਗਾ ਚੰਗਾ ਤੂੰ ਛੇਤੀ ਦੇ ਥੱਲੇ ਆ ਸਾਰੇ ਵੇਟ ਕਰ ਰਹੇ ਨੇ ਤੇਰੀ ਖਾਣੇ ਤੇ ਆ ਜਾ ਮੇਰਾ ਪੁੱਤ ਆ ਜਾ ਹੁਣ ਹਾਂਜੀ ਮੰਮਾ ਆ ਕੀ ਹੈ ਯਾਰ ਤੂੰ ਸੱਚੀ ਮੈਨੂੰ ਮਰਵਾ ਦੇਣਾ ਹੈ ਕਿਸੇ ਨੂੰ ਸੋਰੀ ਪਾਰਟੀ ਤੇ ਜਾਣਾ ਉਹ ਵੀ ਐਮਐਲਏ ਸ਼ਮਸ਼ੇਰ ਸਿੰਘ ਦੇ ਘਰ ਹਾਂ ਨਾਲੇ ਤਾਂ ਪਾਰੀ ਪੂਰੀ ਵਾਲਾ ਕੰਮ ਜਾਓ ਜੂ ਚੱਲ ਫਿਰ ਐਂ ਕਰਦੇ ਮੇਰੇ ਮੈਂ ਕਣਕ ਨੂੰ ਸਪਰੇਅ ਕਰਨੀ ਬੰਦ ਕਰ ਦੇਣਾ ਤੇ ਆਪ ਘੁੱਟ ਪੀ ਲੈਣਾ ਇੱਥੇ ਮਰਨਾ ਸੁੱਖ ਹੈ ਗੱਲ ਇਹਦੀ ਵੀ ਸਹੀ ਹੈ ਕੀ ਸਹੀ ਹੈ ਯਾਰ ਐਵੇਂ ਡਰੀ ਜਾਂਦੇ ਹੋ ਆਪਾਂ ਸ਼ਾਮ ਨੂੰ ਉੱਥੇ ਜਾਣਾ ਮੈਂ ਕਾਇਨਾਤ ਨੂੰ ਮਿਲ ਲੂ ਤੁਸੀਂ ਦੋ ਪੈਗ ਮਾਰੋ ਰੋਟੀ ਪਾਣੀ ਛਕੋ ਤੇ ਵਾਪਸ ਆ ਜਾਾਂਗੇ ਗੱਲ ਇਹਦੀ ਵੀ ਸਹੀ ਹੈ ਪੈਰ ਛੱਡ ਗਿਆ ਦਰੋ ਦਾ ਨਾ ਸੁਣ ਕੇ ਪੈਰ ਛੱਡ ਗਿਆ ਉਹ ਤੇਰੇ ਵਰਗੇ ਬੰਦੇ ਨਾ ਦੋ ਦਰੋ ਦੀਆਂ ਬੋਤਲਾਂ ਪਿੱਛੇ ਧਰਮ ਬਦਲ ਲੈਂਦੇ ਆ ਉਹ ਮੈਨੂੰ ਕਹੋ ਤੂੰ ਜਨੂ ਲਾ ਕੇ ਨਮਾਜ਼ ਪੜ੍ਹਦੇ ਨੂੰ ਦੇਖ ਲਿਆ ਹੈ ਉਹ ਛੱਡ ਯਾਰ ਚੱਲ ਛੱਡ ਫਿਰ ਤੂੰ ਰਹਿ ਇੱਥੇ ਹੀ ਮੈਂ ਤੇ ਡਮਰੂ ਚਲੇ ਚੱਲਦੇ ਆ ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਵੀ ਡਮਰੂ ਵੱਜੇ ਕਿਹਦੇ ਹੱਕ ਚ ਹੋਣਾ ਟੋਟੀਆਂ ਸਾਰੇ
ਅੱਜ ਛੱਡਤਾ ਇਹਨੇ ਜ਼ਹਿਰੀਲੀ ਵੇਲ ਬਣ ਕੇ ਐਸਾ ਜੂੜ ਮਾਰਨਾ ਜਿਹਨੂੰ ਨਾ ਸਾਲਾ ਰੱਖਿਆ ਜਾਣਾ ਨਾ ਸਾਲਾ ਵੱਢੇ ਜਾਣਾ अपनी इज्जत ज्यादा प्यारी है चार किले ठेके की देते साडियां जमीनां दे मालक बनू फिरदे हो नहीं नहीं काका जी ए किवें हो सकदा असी नमाने ने ताने थोड़ी जमीना दे मालक किवें बन सकदे आ बस माफ कर दो जी बस माफ कर दो सरदार साहब काका जी बख्श दो मेरे पुत्र नूं माफ कर दो सरदार साहब तुहाडे रखण दे ओ अपना जुल्ली बिस्तरा चक ते निकल किसे होर पिंड नहीं नहीं काका जी जमीना तो बिना असीं की करांगे असीं तां भुखे मर जांगे जी मेरा टब्बर उलझ सरदार साहब माफ कर दो मेरे पुत्र नूं इक वार अगे भी थोड़ा ही दिता खाने हूं भी थोड़ा दिता ही खाना मैं थोड़ा यकीन दवाना जी मेरा पुत इधर कदे नहीं आऊगा थोड़े सामने कदे नहीं आन दूंगा माफ कर दो सरदार साहब मेरे पुत की बहुत बड़ी गलती हो गई बख्श चौबी घंटे तेरे कोल अपने पुत्र नु किते भेज दे नहीं तो मैं थानू सारिया नु धरती दे विच जिंदा कढ देंगा सुन जे जा चला जा जी सरदार साहब ਬਾਪੂ ਜੀ ਤੁਸੀਂ ਸਮਝਦੇ ਕਿਉਂ ਨਹੀਂ ਅਸੀਂ ਇੱਕ ਦੂਜੇ ਨੂੰ ਪਿਆਰ ਕਰਦੇ ਆ ਓਏ ਕਿਹੜਾ ਪਿਆਰ ਜਗਤ ਸਿਆ ਰਿਸ਼ਤੇਦਾਰੀ ਦੁਸ਼ਮਣੀ ਹਮੇਸ਼ਾ ਬਰਾਬਰ ਦੇ ਨਾਲ ਹੁੰਦੀ ਹੈ
ਤੇ ਕਮਲਿਆ ਤੂੰ ਦੋਵੇਂ ਗਲਤ ਥਾਂ ਪਾਈ ਬੈਠਾ। ਕੈਨਾਤ ਨਾਲ ਕੱਟੇ ਦਿਨ ਕਿੱਦਾਂ ਭੁੱਲ ਸਕਦਾ, ਨਾਲੇ ਪਿਆਰ ਕਰਨਾ ਕੋਈ ਗੁਨਾਹ ਥੋੜੀ ਨਾ ਹੁੰਦਾ। ਗਰੀਬਾਂ ਲਈ ਪਿਆਰ ਕਰਨਾ ਗੁਨਾਹ ਹੀ ਹੁੰਦਾ ਆ ਪੁੱਤ। MLA ਨੇ ਤਾਂ ਕੁੜੀ ਨੂੰ ਵਰਾ ਕੇ ਉਹਦਾ ਵਿਆਹ ਕਿਸੇ ਤਕੜੇ ਘਰ ਕਰ ਦੇਣਾ। ਕੁੜੀ ਕੋਲ ਵੀ 100 ਰਾਹ ਹੋਣੇ ਨੇ ਮਨ ਹੌਲਾ ਕਰਨ ਨੂੰ, ਤੇ ਤੂੰ ਇਹਨਾਂ ਚੌਂਕ ਦਿਨਾਂ ਦਾ ਬੋਝ ਸਾਰੀ ਜ਼ਿੰਦਗੀ ਆਪਣੇ ਮੋਢਿਆਂ ਤੇ ਚੁੱਕੀ ਫਿਰਨਾ। ਨਾ ਬੇਬੇ ਤੂੰ ਨਾ ਏਦਾਂ ਕਹਿ। ਕੱਲ ਮਾਨ ਸੇਵਕ ਜਾ ਭੂਆ ਕੋਲ। ਨਾ ਮੈਂ ਨਹੀਂ ਜਾਣਾ ਬਿਲਕੁਲ ਵੀ। ਹਾਂ ਵੇਖ, ਹਾਂ ਵੇਖ, ਮੈਂ ਤੇਰੇ ਅੱਗੇ ਹੱਥ ਜੋੜ, ਮੇਰੀ ਆ ਗੱਲ ਮੰਨ ਲਾ ਬੀਬਾ ਪੁੱਤ, ਫਿਰ ਬਹੁਤ ਸਾਰੀ ਜ਼ਿੰਦਗੀ ਇੱਕ ਨਾ ਮੰਨੀ। ਤੂੰ ਕੱਲ ਮਾਨਸਾ ਜਾ ਰਿਹਾ ਬਸ, MLA ਨੇ ਜਿਹੜਾ ਸਾਨੂੰ ਕੱਲ ਮਾਰਨਾ ਹੈ ਨਾ, ਅਸੀਂ ਸਾਰਾ ਟੱਬਰ ਫਾ ਲੈ ਕੇ ਅੱਜ ਮਰ ਜਾਂਦੇ ਹਾਂ, ਫਿਰ ਤੂੰ ਕਰ ਲਈ ਮਨਾਈਆਂ। ਨਾਲੇ ਇੱਕ ਗੱਲ ਹੋਰ, ਕੱਲ ਤੋਂ ਬਾਅਦ ਤੂੰ ਪਿੰਡ ਕਦੇ ਵਾਪਸ ਨਾ ਆਵੀਂ। ਤੇਰੇ ਪਿਓ ਨੇ ਜ਼ੁਬਾਨ ਦਿੱਤੀ ਹੈ MLA ਨੂੰ। ਮਮਾ ਮੈਂ ਕਿਹਾ ਨਾ ਮੈਂ ਨਹੀਂ ਜਾਣਾ, ਤੁਸੀਂ ਪਲੀਜ਼ ਜਾਓ। ਦੇਖ ਕਾਇਨਾਤ, ਜੇ ਤੂੰ ਸੱਚੀ ਜਗਤ ਨੂੰ ਪਿਆਰ ਕਰਦੀ ਹੈ ਨਾ ਤਾਂ ਇਸੇ ਛੱਡ ਦੇ, ਇਹਦੇ ਨਾਲ ਕਿਸੇ ਨੂੰ ਕੋਈ ਫਰਕ ਨਹੀਂ ਪੈਣਾ। ਪਰ ਇਸ ਵਾਰ ਉਸ ਮੁੰਡੇ ਦੀ ਜਾਨ ਜ਼ਰੂਰ ਚਲੀ ਜਾਣੀ ਹੈ। ਵੱਡੇ ਲੋਕ ਨੇ ਆਪਣਾ ਇੱਥੇ ਕੁਛ ਨੀ ਵੱਟੀ ਦਾ, ਆਪਣਾ ਇਹਨਾਂ ਨਾਲ ਕੋਈ ਮੇਲ ਨੀ। ਕੁੜਿਆ ਸ਼ਮਸ਼ੇਰ ਜੀ, ਤੁਹਾਡੇ ਘਰ ਨਾਲ ਰਿਸ਼ਤਾ ਜੋੜਨਾ ਮੇਰੇ ਲਈ ਮਾਣ ਦੀ ਗੱਲ ਹੈ, ਪਰ ਤੁਹਾਡਾ ਸੁਨੇਹਾ ਮਿਲਣ ਤੇ ਮੈਂ ਡਰ ਹੀ ਗਿਆ ਸੀ। ਕਿਉਂ ਗੱਲ ਸਾਹਿਬ, ਮੈਂ ਬੰਦੇ ਖਾਨਾ ਜੀ? ਹੱਥ ਹੋ ਗਈ ਯਾਰ। ਪੁੱਤਰ ਜੀ ਕਿਹੜੀ ਕਲਾਸ ਪੜ੍ਹਦੇ ਹੋ? ਬੋਲੋ ਬੇਟਾ ਜੀ। BA ਫਸਟ ਈਅਰ। ਸ਼ਾਬਾਸ਼ ਪੁੱਤਰ, ਵਿਆਹ ਤੋਂ ਬਾਅਦ ਵੀ ਤੁਸੀਂ ਆਪਣੀ ਪੜ੍ਹਾਈ ਇੱਦਾਂ ਜਾਰੀ ਰੱਖਿਓ, ਸਾਡੇ ਵੱਲੋਂ ਤੁਹਾਨੂੰ ਪੂਰੀ ਸਪੋਰਟ ਹੈ। ਨਾਲੇ ਪਾਪਾ, ਅੱਜ ਤੇ ਆਪਣੇ ਛੋਟੇ ਵੀਰ ਦੀ ਪੱਗ ਦੀ ਮੈਚਿੰਗ ਵੀ 100/100 ਮੈਚਿੰਗ ਹੋਈ ਹੋਈ ਹੈ। ਕਿਉਂ ਧੀਏ, ਮੇਰਾ ਪੁੱਤ ਪਸੰਦ ਹੈ ਨਾ ਤੈਨੂੰ? ਐਕਚੁਲੀ
ਸ਼ਰਮਾਉਂਦੀ ਬਹੁਤ ਹੈ ਨਾ ਜੀ, ਪਸੰਦ ਹੈ ਪਸੰਦ ਕਿਉਂ ਨੀ, ਨਾ ਪਸੰਦ ਵਾਲੀ ਤੇ ਕੋਈ ਗੱਲ ਹੀ ਨੀ ਜੀ। ਲਓ ਪਸੰਦ ਨੂੰ ਕਹਾ ਪੰਡਿਤ ਤੋਂ ਆਪਾਂ ਟੇਵਾ ਕਢਾਉਣਾ, ਲਓ ਫਿਰ ਸਾਹਿਬ ਅਗਲੇ ਹਫਤੇ ਬਾ ਮੰਗਣਾ ਪੱਕਾ ਕਰੀਏ, ਤੁਹਾਡਾ ਮੂੰਹ ਮਿੱਠਾ ਕਰੀਏ, ਭੱਲੇ ਭੱਲੇ ਕਰੀ ਕਰੀ, ਆ ਵਧਾਈਆਂ ਸਾਰਿਆਂ ਨੂੰ, ਬਹੁਤ ਬਹੁਤ ਵਧਾਈ ਭੈਣ ਜੀ। ਤੂੰ ਦੂਰ ਹੋ ਜਾਣਾ, ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਤੂੰ ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਜਿਉਂਦੇ ਜੀ ਮਰ ਜਾਣਾ, ਜੁਗ ਜੁਗ ਜੀਵੇ ਜ਼ਿੰਦਗੀ ਤੇ ਮੈਂ ਜਿਉਂਦੇ ਜੀ ਮਰ ਜਾਣਾ, ਮੈਂ ਜਿਉਂਦੇ ਜੀ ਮਰ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ, ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਦਿਲ ਬੜਾ ਰੋਇਆ ਏ, ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ, ਮੈਂ ਆਪਣਾ ਖੋਇਆ ਏ, ਮੇਰਾ ਦਿਲ ਬੜਾ ਰੋਇਆ ਏ, ਹੰਝੂਆਂ ਦੀ ਮਹਿਫਲ ਚ ਤੇਰਾ ਨਾਮ ਜਾ ਹੋਇਆ ਏ, ਮੈਨੂੰ ਆਦਤ ਪਾ ਕੇ ਸੱਜਣਾ ਤੂੰ ਕਿਸੇ ਹੋਰ ਦੀ ਆਦਤ ਬਣ ਜਾਣਾ, ਹੋਰ ਦੀ ਆਦਤ ਬਣ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ, ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ, ਤੂੰ ਮੈਥੋਂ ਦੂਰ ਹੋ ਜਾਣਾ, ਤੈਨੂੰ ਗੈਰਾਂ ਨੇ ਲੈ ਜਾਣਾ, ਇਸ ਦੁੱਖ ਚੰਦਰੇ ਨੇ ਮੇਰੀ ਜ਼ਿੰਦਗੀ ਨੂੰ ਲੈ ਬਹਿ ਜਾਣਾ। ਤੂੰ ਇੱਥੇ ਕੀ ਕਰਦਾ? ਮੈਂ ਦੋ ਚਾਰ ਦਿਨ ਦੀ ਜ਼ਿੱਲਤ ਤਾਂ ਬਰਦਾਸ਼ਤ ਕਰ ਸਕਦਾ, ਪਰ ਆਪਣੀ ਭੈਣ ਦੀ ਅੱਖਾਂ 'ਚ ਹੰਝੂ ਨਹੀਂ ਬਰਦਾਸ਼ਤ ਕਰ ਸਕਦਾ। ਕਹਿਣਾ ਕਹਿਣਾ ਤੂੰ ਤੇਰੇ ਤੋਂ ਬਿਨਾਂ ਇਹ ਦਿਨ ਕਿਵੇਂ ਕੱਟੇ ਮੈਂ ਹੀ ਜਾਣਦੀ ਹਾਂ, ਸਾਹ ਘੱਟ ਆਉਂਦੇ ਸੀ ਤੇ ਹੋਕੇ ਬਾਅਦ ਤੇਰੇ ਤੋਂ ਬਿਨਾਂ ਸਾਹ ਲੈਣਾ ਤਾਂ ਦੂਰ ਦੀ ਗੱਲ ਆ, ਕਹਿਣਾ ਸਾਹ ਲੈਣ ਬਾਰੇ ਸੋਚਣਾ ਵੀ ਔਖਾ ਸੀ ਮੇਰੇ ਲਈ, ਉਹ ਕਰਨਾ ਮੈਨੂੰ ਖੋਣ ਨੂੰ ਆਉਂਦਾ, ਮੈਂ ਨਹੀਂ ਰਹਿਣਾ ਉੱਥੇ, ਜਗਤੇ ਜਗਤੇ ਮੈਨੂੰ ਕਿਤੇ ਲੈ ਚੱਲ ਪਲੀਜ਼ ਪਲੀਜ਼। ਤੂੰ ਫਿਕਰ ਨਾ ਕਰ, ਮੈਂ ਹੈਗਾ ਤੇਰੇ ਨਾਲ, ਆਪਾਂ ਸਭ ਕੁਝ ਛੱਡ ਕੇ ਚਲੇ ਜਾਣਾ। ਪਰ ਤੁਸੀਂ ਜਾਓਗੇ ਕਿੱਥੇ? ਹੁਣ ਤੁਸੀਂ ਆਪਣੀ ਰਿਸ਼ਤੇਦਾਰੀ 'ਚ ਤਾਂ ਜਾ ਨਹੀਂ ਸਕਦੇ, ਮੇਰੀ ਮੰਨੋ, ਮੇਰੇ ਨਾਨਕੇ ਚੱਲਦੇ ਆਪਾਂ। ਬਾਪੂ ਜੀ ਉਹ ਕਰੇਗੀ, ਮੈਂ ਕਿਹਾ ਜੀ ਗਹਿਣੇ ਤੇ ਪੈਸੇ ਵੀ ਗਾਇਬ ਨੇ।
SSP जे इज्जत मेरी ना रही ते नौकरी तेरी भी नहीं रहनी समझा पैसे है क्या डबरू नू कच्चे ही समझता तू आ चक 400 रुपया मेरी कुल है पैसे है बैग भरी भर दिया पैसा अपने घर तो इन्हें जाने का भी नहीं भरना आ बंदा देख गोरा रंग सी नाल कुड़ी सी आ बंदे नूं देख ध्यान नाल देख जोर नाल पानी चट्टे अब बस कदो चलो तू फिकर ना कर सब कुछ ठीक हो जूगा ओ भाई तोड़ ले बस बहुत टाइम हो गया हुण ता तोड़दा चाबां तुम्हारी ते और बिठा ला थोड़ा तां थाना है जे असीं नहीं मार सकते तुसीं मार दिओ ओ काका जी तुसीं समझदे नहीं प्लीज सर ट्राई टू अंडरस्टैंड सर मेरिया भी कुछ लिमिटेशंस ने मैं ता पहला मर्डर केस भी बड़ा औखा हैंडल कीता सर तुहाडी रेपुटेशन पॉलिटिकल कैरियर मिनिस्ट्री सब कुछ प्रॉब्लम च आ जाना सर बिलीव मी सर पुलिस कोल हर चीज दा हल हैगा चप्पल
ਰੱਖੀ ਮੇਰੀ ਪਤਾ ਹੋ ਗਿਆ ਤੈਨੂੰ ਓਏ ਓਏ ਛੱਡ ਦੋ ਉਹਨਾਂ ਨੂੰ ਛੱਡ ਦੋ ਛੇਤੀ ਕੂਲ ਡਾਊਨ ਬੇਟਾ ਕੂਲ ਡਾਊਨ ਛੱਡੋ ਉਹਨਾਂ ਨੂੰ ਛੱਡ ਦੋ ਗੋਲੀ ਮਾਰ ਦੇਣੀ ਮੈਂ ਉਹ ਡਾਂਡਿਆਂ ਦੇ ਹੱਥ ਚੱਲਦੇ ਆ ਤੇ ਮਾੜਿਆਂ ਦੀ ਜ਼ਬਾਨ ਤੂੰ ਗੋਲੀ ਨਹੀਂ ਚਲਾ ਸਕਦੀ ਤੈਨੂੰ ਨਹੀਂ ਮਾਰ ਸਕਦੀ ਆਪਣੇ ਆਪ ਨੂੰ ਤਾਂ ਮਾਰ ਸਕਦੀ ਆ ਇਹਨਾਂ ਤੇ ਛੱਡ ਦੋ ਰਿਵਾਲਵਰ ਛੱਡ ਦੋ ਉਹਨਾਂ ਨੂੰ ਜਿਵੇਂ ਤੂੰ ਕਹੇਂਗੀ ਉਵੇਂ ਹੋਏਗਾ ਜਿਵੇਂ ਕਹੇਂਗੀ ਉਵੇਂ ਹੋਏਗਾ ਬੱਚਾ ਉਹ ਛੇਤੀ ਕੱਢੋ ਉਹਨੂੰ ਗੋਲੀ ਚੱਲ ਰਹੀ ਠੀਕ ਨਹੀਂ ਕਰ ਰਹੀ ਕਨਾਕ ਮੈਂ ਬਿਲਕੁਲ ਠੀਕ ਕਰ ਰਹੀ ਆ ਜੱਟੇ ਬੱਚ ਨਾਨਕੇ ਰਹੀ ਜਦੋਂ ਸਭ ਕੁਛ ਠੀਕ ਹੋ ਜੂ ਤਾਂ ਪਿੰਡ ਮੁੜ ਜੀ ਵਾਪਸ ਮੈਂ ਤਾਂ ਤੇਰੇ ਨਾਲ ਹੀ ਜਾਊਂਗਾ ਯਾਰ ਤੈਨੂੰ ਸਮਝ ਨਹੀਂ ਲੱਗਦੀ ਇੱਕ ਵਾਰੀ ਜਦ ਤੈਨੂੰ ਗੱਡੀ ਚ ਉਤਰ ਜਾ ਓਏ ਕਮਲਿਆ ਜੇ ਇਕੱਲਾ ਫੜਿਆ ਗਿਆ ਸ਼ਾਇਦ ਇਹਦੇ ਘਰ ਦੇ ਤੈਨੂੰ ਬਖਸ਼ ਵੀ ਦੇਣ ਉਹ ਜੇ ਸਾਡੇ ਨਾਲ ਫੜਿਆ ਗਿਆ ਤੈਨੂੰ ਮਾਰ ਦੇਣਗੇ ਯਾਰ ਗੱਡੀ ਚ ਉਤਰ ਤੈਨੂੰ ਮਾਰ ਦੇਣ ਯਾਰ ਮੈਂ ਤੈਨੂੰ ਇਕੱਲੇ ਨੂੰ ਨਹੀਂ ਛੱਡ ਸਕਦਾ ਕਿਉਂ ਨਹੀਂ ਸਮਝਦਾ ਯਾਰ ਤੂੰ ਮੈਂ ਤੇਰੇ ਨਾਲ ਹੀ ਜਾਊਂ ਬਾਹਰ ਨਿਕਲ ਗੱਡੀ ਚੋਂ ਨਹੀਂ ਬਾਹਰ ਨਿਕਲ ਯਾਰ ਨਹੀਂ ਡਮਰੂ ਮੈਂ ਇੱਕ ਯਾਰ ਗਵਾ ਚੁੱਕਾ ਮੈਂ ਤੈਨੂੰ ਨਹੀਂ ਗਵਾਉਣਾ ਚਾਹੁੰਦਾ ਪਿੰਡ ਮੁੜ ਜਾ ਯਾਰ
गोली मार दूंगी। रुक जा, रुक जा। आजो भी आजो भाई साहब, डलहौजी आ गया, उतर आओ न। ध्यान दो, शुक्रिया वीरे। यारे सारे अपने अलग ते देख रहे हैं। वो तो टेंशन ना ले, तेनु कोई नहीं देख रहे, सारे तो ते आना मेरे वाला है। ओ हेलो मिस इंडिया, जे तू मेनु सोनी लग दिया ना, एदा मतलब ये नहीं हैगा तू इना बुढ़िया नु भी सोनी लग दी है। ओ तू ना सब छड़, तू ना परौंठा खा। स
सर कमरा मिल सकता है? सर आईडी प्रूफ है आपके पास? आईडी प्रूफ नहीं आया। सॉरी सर, बिना आईडी प्रूफ के हम रूम नहीं देते। देख लो सर जी, हो सकता। सॉरी सर, थैंक यू। कमरा मिलिया? ये भी यही कहते कि बिना आईडी प्रूफ तो कमरा नहीं मिल सकता। इतने कोई होटल है नेड़े? आ बिल्डिंग है, इसके पिछले पास ही होटल है। थैंक यू। कोई गल नहीं। दस किथे लगोए अपने तगड़े नु जिंदगी ना मिलूगी, मौत भी मिलू, पर मिलू वो भूत दे सामने। पता तो लगे तो कसड़ा कहंदे किनू। सानू नहीं पता मुर्खे घरे नहीं आया। आओ तेरा ऐसा हाल करूं वो तो भज्जा। डांगरी दी कहना ठीक है तू? सोने के लिए तो हमारे पास भी काफी जगह है। दो दो पैक लगाएंगे, मस्ती करेंगे। क्या हुआ, हमारा ऑफर पसंद नहीं आया क्या? चलो गुस्सा, इतना गुस्सा, इतना पकड़ साले को, साले ऐसे नहीं मानेगा। क्या गन डाल रखा है? बताओ तू, चल। कृपासो नाम है मेरा, हौलदार कृपासो। थाने लजा के पोली थाते ऐसे पट्टे मारूंगा मैं तेरे के सीधा लेटने को तरसेगा बेटा तू। चलो भाग जाओ यहाँ से के निकालूं बंदूक, सारे पसली में मारूंगा कौली तेरे। चलो किने मुश्किया कतीड़ कर दे थोड़ी। नहीं सारे, यह जे कुत्ते अनुकी मेरे रस्सी पाई दी है, मैंने चंगी तरह पता। तुसी सच्ची पुलिस वाले हो? नहीं, सुभाष चौक ते रेड़ी लांदा, चाह हम लेट दी। ते फेरा बंदूक जी? ओए ऐसा तबा है, ये दा हैंडल टिल्ला हो गया सीगा, रिपेयर कराउन ले आया सीगा इन्हू। बस नाती है ना रोना, वो बच गए हैं। हाँ सर, कुछ नहीं हुआ। तेरी कमाल है जवाना, है एनी रात नू इस कुड़ी नू लेके इत्थे खड़ा है, की चक्कर है थोड़ा दसो? है अच्छा अच्छा अच्छा, समझ गया समझ गया, प्यार दा चक्कर है क्योंकि अब बाहर उठ के आई है इत्थे। चलो कोई गल, कृपा सिंह दे दिल ते घर विच प्यार करन वाले वास्ते बहुत है। चलो आजो मेरे घर।
ਆਜੋ ਹੁਣ ਕਿ ਬਾਜਾ ਬਜਾਵਾਂ ਤੁਹਾਡੇ ਮੂਹਰੇ ਆਜੋ ਆਜੋ ਪਿਆਰ ਦੋ ਤਰ੍ਹਾਂ ਦਾ ਹੁੰਦਾ ਹੈ ਕਾਕੇ ਹਕੀਕੀ ਤੇ ਮਜਾਜੀ ਸਵਰਨ ਕੌਰ ਨਾਲ ਮੇਰਾ ਹਕੀਕੀ ਪਿਆਰ ਸੀਗਾ ਹੋਏ 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 ਬੇਸ਼ੱਕ ਹਕੀਕੀ ਪਿਆਰ ਦੇ ਵਿੱਚ ਅੜਚਣਾਂ ਬਹੁਤ ਹੁੰਦੀਆਂ ਪੈਰ ਪੈਰ ਤੇ ਠੋਕਰਾਂ ਵੀ ਹੁੰਦੀਆਂ ਉਹ ਸੰਭਲ ਕੇ ਹੁਣੇ ਤੈਨੂੰ ਦੱਸਿਆ ਸੀ ਨਾ ਕਿ ਠੋਕਰਾਂ ਬਹੁਤ ਹੁੰਦੀਆਂ ਸੰਭਲ ਕੇ ਤੁਰਨਾ ਪੈਂਦਾ ਇਹ ਆ ਗਿਆ ਆਪਣਾ ਘਰ ਆ ਜਾਓ ਵਾਹਿਗੁਰੂ 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 ਲੋ ਜੀ ਆ ਹੈ ਕਿਰਪਾ ਸਿੰਘ ਦਾ ਛੋਟਾ ਜਿਹਾ ਮਹਿਲ ਆਜੋ 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 ਲੰਘਿਓ ਬਹਿ ਜਾਓ ਇਹ ਚੱਕ ਲਓ ਕੱਪੜੇ ਜੇ ਇੱਧਰ ਰੱਖਦਾ ਬੈਠੋ ਬਹਿ ਜਾਓ ਇੱਥੇ ਬਹਿ ਜਾਓ ਉਹ ਹਾਂ ਸੱਚ ਉਹ ਮੇਰੇ ਪਿਆਰ ਵਾਲੀ ਗੱਲ ਤਾਂ ਵਿੱਚ ਹੀ ਰਹਿ ਗਈ ਸਵਰਨੀ ਦੀ ਰਿਸ਼ਤੇਦਾਰੀ ਸੀ ਫਗਵਾੜੇ ਸਾਡੇ ਗੁਆਂਢ ਚ ਜਦੋਂ ਮੈਂ ਪਹਿਲੀ ਵਾਰ ਉਹਨੂੰ ਦੇਖਿਆ ਨਾ ਤਾਂ ਉਹ ਆਪਣੇ ਕੋਠੇ ਤੇ ਕੱਪੜੇ ਸੁੱਕਣੇ ਪਾਉਣ ਆਈ ਸੀ ਪਹਿਲੀ ਤੱਕਣੀ ਚ ਮਰ ਜਾਣੀ ਨੇ ਦਿਲ ਕੱਟ ਲਿਆ ਮੇਰਾ ਕੱਪੜਿਆਂ ਦੇ ਨਾਲ ਮੈਨੂੰ ਵੀ ਸੁੱਕਣੇ ਪਾ ਗਈ ਵੈਸੇ ਅੰਕਲ ਜੀ ਇੱਕੋ ਹੀ ਕਮਰਾ ਇੱਥੇ ਵਿੱਚ ਨਾ ਬੋਲਿਆ ਕਰ ਅੱਛਾ ਪਹਿਲਾਂ ਮੇਰੀ ਗੱਲ ਪੂਰੀ ਹੋ ਲੈਣ ਦੇ ਕੰਮ ਕਰ ਕੋਈ ਸੀ ਨੀ ਮੇਰੇ ਕੋਲ ਉਹਦੇ ਪਿਓ ਨੇ ਕਿਸੇ ਹੋਰ ਥਾਂ ਪੱਕਾ ਕਰਤਾ ਉਹਦਾ ਵਿਆਹ ਵੈਸੇ ਕੌਣ ਕੌਣ ਰਹਿੰਦਾ ਜੀ ਇੱਥੇ ਇਹ ਗੱਲ ਦੱਸਾਂ ਮੈਂ ਤੈਨੂੰ ਜੇ ਕੁੜੀ ਤੈਨੂੰ ਪਿਆਰ ਨਾ ਕਰਦੀ ਹੁੰਦੀ ਤਾਂ ਮੈਂ ਤੈਨੂੰ ਹੁਣੇ ਹੀ ਪੰਜਾਬ ਦੀ ਬੱਸੇ ਚੜਾ ਦੇਣਾ ਸੀ ਉਹ ਪਤੰਦਰਾ ਮੇਰੀ ਗੱਲ ਤਾਂ ਪੂਰੀ ਹੋ ਲੈਣ ਦੇ ਐਵੇਂ ਵਿੱਚ ਟੋਕੀ ਜਾਂਦਾ ਉਹ ਪਰ ਚੱਕਦੇ ਚੁੱਪ ਕਰ ਸਵਰਨੀ ਮੈਨੂੰ ਕਹਿੰਦੀ ਰਹੀ ਕਿ ਮੈਨੂੰ ਨਾਲ ਲੈ ਚੱਲ ਪਰ ਮੈਂ ਇਹੀ ਸੋਚ ਕੇ ਪਿੱਛੇ ਹਟ ਗਿਆ ਕਿ ਆਪਣੀ ਰੋਟੀ ਤਾਂ ਜੁੜਦੀ ਨੀ ਉਹਦਾ ਢਿੱਡ ਕਿਵੇਂ ਭਰੂੰਗਾ ਉਸ ਵੇਲੇ ਮੇਰੇ ਦਿਮਾਗ ਚ ਇਹ ਗੱਲ ਨਹੀਂ ਆਈ ਕਿ ਗੁਰੂ ਮਹਾਰਾਜ ਨੇ ਜੇ ਸੱਚਾ ਪਿਆਰ ਬਖਸ਼ੀ ਦਿੱਤਾ ਹੈ ਤਾਂ ਕੀ ਉਹ ਰੋਟੀਆਂ ਦੀ ਕਮੀ ਰੱਖੂਗਾ ਅੰਕਲ ਜੀ ਅਸੀਂ ਵੀ ਨਾ ਇੱਕ ਦੂਜੇ ਨਾਲ ਸੱਚਾ ਪਿਆਰ ਕਰਦੇ ਹਾਂ ਇਹ ਤਾਂ ਮੈਂ ਦੇਖਦੇ ਸਾਰੇ ਸਮਝ ਗਿਆ ਸੀਗਾ ਧੀਏ ਇੱਕ ਗੱਲ ਹੋਰ ਪੁੱਛਾਂ ਜੀ ਪੁੱਛ ਤੁਸੀਂ ਇਸੇ ਕਮਰੇ ਚ ਪੈਣਾ ਨਹੀਂ ਹਿਮਾਚਲ ਦੇ ਚੀਫ ਮਿਨਿਸਟਰ ਨੇ ਮੇਰੇ ਵਾਸਤੇ ਗੈਸਟ ਹਾਊਸ ਬੁੱਕ ਕੀਤਾ ਹੋਇਆ ਜੰਗਲ ਚ ਉਹ ਪਤੰਦਰਾ ਇੱਥੇ ਹੀ ਪੈਣਾ ਹੋਰ ਕਿੱਥੇ ਪੈਣਾ ਮੈਂ ਇਹ ਵੀ ਪੁੱਛਣ ਵਾਲੀ ਗੱਲ ਹੈ ਕੋਈ ਸਵੇਰੇ 7 ਵਜੇ ਤੋਂ ਲੈ ਕੇ ਰਾਤ ਦੇ 10 ਵਜੇ ਤੱਕ ਮੈਂ ਰੇੜੀ ਲਾਂਦਾ ਇਹ ਕਮਰਾ ਸਾਰਾ ਦਿਨ ਤੇਰੇ ਕੋਲ ਹੀ ਰਹਿਣਾ ਬੀਜਲੀ ਜਿਹੜੀ ਮੱਕੀ ਬੀਜਣੀ ਹੈ ਤੂੰ ਇੱਕ ਸਵਾਲ ਹੋਰ ਪੁੱਛਾਂ ਜੀ ਪੁੱਛ ਪਰ ਸੋਚ ਸਮਝ ਕੇ ਪੁੱਛੀ ਇਸ ਘਰ ਦੇ ਵਿੱਚ ਇਹ ਤੇਰਾ ਆਖਰੀ ਸਵਾਲ ਹੋ ਸਕਦਾ ਪੁੱਛ ਮੈਂ ਤਾਂ ਇਹੀ ਪੁੱਛਣਾ ਸੀ ਕਿ ਤੁਸੀਂ ਫਗਵਾੜਾ ਛੱਡ ਕੇ ਦਲੌਜੀ ਕਿਉਂ ਆ ਗਏ ਜਿੱਥੇ ਯਾਰ ਪਹਿਲੀ ਵਾਰ ਮਿਲਿਆ ਹੋਵੇ ਨਾ ਉਹ ਥਾਂ ਕਿਸੇ ਮੰਦਿਰ ਮਸਜਿਦ ਤੋਂ ਘੱਟ ਨਹੀਂ ਹੁੰਦੀ ਤੇ ਰੱਬ ਦੇ ਘਰ ਮੱਥਾ ਟੇਕਣ ਜਾਈਦਾ ਰਹਿਣ ਵਾਸਤੇ ਨਹੀਂ ਸ਼ਾਬਾਸ਼ ਜਾ ਸੋ ਜਾ ਰਾਤ ਬਹੁਤ ਹੋ ਗਈ ਹੈ ਆਲੋ ਜੀ ਓਕੇ ਠੀਕ ਹੈ ਜੀ ਹੈਲੋ
हेलो हेलो बेबे बेबे जगता बोलना जगत जगता की किता पत तू हे संताप नालो ता अपने हत्थी साडा गल कट देंदा की होया बेबे तुसी ठीक हो चौपड़ किदा बापू किवें आ बापू ठीक आ ठीक ही समझ महले दे बंदे तेरे प्यो नु कुट के गए मावा तोड़ दित्तिया होनिया ये समझ ला बस साई चल दे हुण तां मैं पिंड आ रहा बेबे तू फिकर ना कर नहीं पता तू पिंड वापस ना आवी नहीं बेबे मैं पिंड आना पिया तू मेरा मरी दा मुंह वेखे जे पिंड वापस आवे तां एमएलए दा मुंडा तो तेनू कमले वांग लभदा फिरदा नहीं पुत जिस राह ते तू तुर पिया ना हो रहा वापस पिंड वाल नू नहीं आउंदे इज्जत तां चली गई है वेखी किते जान भी ना चली जावे जिस रिश्ते दी बाह फड़ी है ना पुत ओनू हिम्मत नाल निभा पिंड आउण दी गलती ना करी पता नहीं लोग इत्थे किवें रहिंदे आ बाथरूम इन्ना गंदा पानी इन्ना ठंडा हुण तां मैनूं भुख भी लग रही है जगते चाह नूं किन्ना टाइम है थैंक यू की होया जगते की होया कुछ नहीं मैं ना प्यार कर दिया तेनू तू मेरे तो कुछ नहीं लगो सकता दस मैनू की होया कुछ नहीं होया मैं ठीक हूं ते मैं काम लभन चलिया शाम तक वापस आ जाऊंगा तू अपना ख्याल रखी ठीक है ना जा तेरे बिना ना मेरा बिल्कुल भी दिल नहीं लगता एमपी साहब ये थोड़ियां सरकारां नहीं है अपना घर है ते जे मैं काम ते ना गया ते आपां रोटी कि खावांगे समझा कर जा लड़ने मैं नहीं ना जा क्यों नहीं समझता तू आला फोन ये अपना ख्याल रखी मैं शामी जल्दी मुड़े आऊंगा ठीक है पक्का पक्का चलदा मैं वो एने बाल बधाए है केश नखार दी मशहूरी चाहता है तू आलो भाई साहब थोड़ा दो अंडिया दा आमलेट आ गई बिरे चाह भी आ गई तेनू देख के तो ए लगता है कि आशकी तो अलावा तू जिंदगी च कीता ही कख नहीं होर करा की जी मैं
ਬਿਨਾਂ ਕੰਮ ਤੋਂ ਤਾਂ ਵੈਸੇ ਵੀ ਮੈਂ ਕਿਸੇ ਕੰਮ ਦਾ ਨਹੀਂ ਹੈਗਾ। ਨਾਲੇ ਆ ਦੁਕਾਨ ਵਾਲੇ ਸਾਰੇ ਕਹਿੰਦੇ ਕਿ ਅਸੀਂ ਕਿਸੇ ਬਾਹਰਲੇ ਨੂੰ ਕੰਮ ਨਹੀਂ ਦਿੰਦੇ। ਤੁਸੀਂ ਸਾਡੀ ਇੰਨੀ ਮਦਦ ਕੀਤੀ ਹੈ ਜੀ, ਕੋਈ ਕੰਮ ਹੀ ਦੇ ਦਿਓ ਜੀ। ਉਹ ਮੈਂ ਕੈਂਚੀ ਚੱਪਲਾਂ ਦੀ ਫੈਕਟਰੀ ਖੋਲੀ ਹੈ ਜਿਹੜਾ, ਤੈਨੂੰ ਕੋਈ ਵੀ ਕੰਮ ਦੇ ਦਿਆਂ। ਉਹ ਚਾਹ ਨਹੀਂ ਆਈ ਜੀ? ਉਹ ਆ ਗਈ ਚਾਹ ਯਾਰ, ਇੱਕ ਮਿੰਟ ਰੁਕ ਵੀ ਜਾਇਆ ਕਰ, ਮੇਰੇ ਤਾਂ ਸਕੂਟਰ ਤੇ ਵੀ ਬੈਠਣ ਨੂੰ ਕੋਈ ਥਾਂ ਨਹੀਂ ਹੈ। ਸਕੂਟਰ ਤੇ ਬਹਿ ਕੇ ਮੈਂ ਕਰਨਾ ਕੀ ਹੈ ਜੀ, ਮੈਂ ਤਾਂ ਤੁਹਾਡੇ ਪਿੱਛੇ ਤੁਰ ਕੇ ਆ ਜਾ ਕਰੂੰ। ਓਏ ਇਹ ਦੁਕਾਨਦਾਰੀ ਦਾ ਕੰਮ ਹੈ, ਮੈਂ ਕੋਈ ਰਿਸਕ ਨਹੀਂ ਲੈ ਸਕਦਾ। ਇਹ ਮੈਗੀ ਆਮਲੇਟ ਤਾਂ ਮੈਂ ਆਪ ਹੀ ਬਣਾਊਂਗਾ, ਰੇੜੀ ਤੇ ਤੈਨੂੰ ਕੋਈ ਹੋਰ ਕੰਮ ਲੱਭਦਾ ਤਾਂ ਲੱਭ ਲੈ। ਆ ਫੜ ਚਾਹ, ਇੰਨਾ ਕਾਲਾ ਹੈ ਕਾਕੀ ਤੂੰ, ਲਿਆਓ ਜੀ। ਸਾਹ ਨਹੀਂ ਲੈਂਦਾ, ਠੰਡਾ ਤਾਂ ਫਿਰ ਕੀ ਹੋ ਗਿਆ। ਉਹ ਭਾਂਡੇ ਪਾਉਂਦੇ ਕਿ ਤੂੰ? ਔਖਾ ਸਮਾਂ ਚੱਲਦਾ ਅੰਕਲ ਜੀ, ਜੇ ਅੱਜ ਭਾਂਡੇ ਮੈਂ ਨਾ ਮਾਂਜੇ, ਸਮੇਂ ਨੇ ਮੈਨੂੰ ਮਾਂਜ ਦੇਣਾ। ਹੱਥ ਜੋੜਦਾ ਜੀ ਤੁਹਾਡੇ ਅੱਗੇ, ਮੈਨੂੰ ਕੋਈ ਵੀ ਕੰਮ ਦੇ ਦਿਓ, ਮੈਂ ਕੁਛ ਵੀ ਕਰਨ ਨੂੰ ਤਿਆਰ ਹਾਂ। ਚਾਹਤਾ ਕੀ ਹੈ, ਦੋ ਅੰਡੇ ਫੈਂਟ ਛੇਤੀ ਸੱਚੀ, ਚਲ ਛੇਤੀ ਕਰ। ਹੈਲੋ ਮਾਂ, ਹੈਲੋ, ਹਾਂਜੀ ਕੌਣ ਬੋਲਦਾ? ਹੈਲੋ, ਮੇਰੀ ਸਰਦਾਰਨੀ ਕਿੱਦਾਂ? ਠੀਕ ਆ। ਅੱਛਾ ਕੰਮ ਮਿਲਿਆ? ਕੰਮ ਦੀ ਫਿਕਰ ਨਾ ਕਰ, ਕੰਮ ਮਿਲ ਗਿਆ ਮੈਨੂੰ, ਜਮਾ ਫਿਕਰ ਨਾ ਕਰ। ਤੂੰ ਕੁਛ ਖਾਧਾ? ਉਹ ਮੈਂ ਤੈਨੂੰ ਪੁੱਛਦਾ, ਖਾਧਾ ਕੁਛ? ਕੋਸ਼ਿਸ਼ ਕੀਤੀ ਸੀ ਪਰ ਨਾਕਾਮ ਹੋ ਗਈ ਕੋਸ਼ਿਸ਼। ਹੈ ਨਾ, ਚੱਲ ਤੂੰ ਆ, ਮੈਂ ਬਣਾਉਣਾ ਤੇਰੇ ਵਾਸਤੇ ਕੁਛ ਨਾ ਕੁਛ। ਇੱਕ ਮਿੰਟ ਚ ਆ ਗਿਆ ਬਸ ਬਣਾ ਕੇ। ਪੱਕਾ? ਹਾਂ ਹਾਂ, ਫਿਕਰ ਨਾ ਕਰ ਤੂੰ। ਆ ਲੈ ਬਣ ਗਏ ਚੌਲ। ਦੱਸੀ ਕਿਵੇਂ ਬਣਿਆ? ਪੈਸੇ ਦੀ ਨਾ, ਤੂੰ ਬਿਲਕੁਲ ਫਿਕਰ ਨਾ ਕਰ, ਮੈਂ ਬਹੁਤ ਮਿਹਨਤ ਕਰੂੰਗਾ।
बहुत सारा पैसा इकट्ठा करूंगा मैं। तू फिक्र ना कर, चल रोटी खा। ओए हुण तेनू अंग्रेजी च समझावा, चल रोटी खा। मैं नहीं खानी रोटी। चल फिर खवा दे, भुख बहुत लगी है। चल रोटी खा। पहला तू खा, चल खा फटाफट। ठीक है, मैं सोच लिया, मैं भी काम करांगी, असी असी इकट्ठे मिलके पैसे कमावांगे। हाँ क्यों यार, पर मैनू तो कोई काम ही नहीं आंदा। कोई गल नहीं कुड़िए, कोई गल नहीं, फिकर ना कर, तेरे वास्ते है एक नौकरी मेरे दिमाग, नाले ओना नाल मेरी पुरानी जान पछाण है। हाँ सद के जावा थोड़ी यही जी जान पछाण दे, मेरी बार जान पछाण किथे गई सी थोड़ी, मेनू तो कोई नौकरी दवानी हुई थोड़े तो। पारख नजर है काका, पारख नजर, मिंट च पछाण लीदा कि बंदे दे पल्ले की है। ओ इधर फड़ा। चबड़ चबड़ गल्ला मारता है, कुड़ी तो कुछ सीख ही ले, कमाल ने बनाया दाल चौल। आ दाल चौल दास ने बनाया, थोड़ी धी ने नहीं बनाए। ताही कहा भी दाल च रोड़कू जे क्यों आई जा रहे, चुगी नहीं होनी चंगी तरह। चलो कोई गल नहीं सार लांगे, नौकरी पक्की है तेरी पुत, हाँ पक्की। सर थोड़ी बहुत मेहरबानी, तुसी मैनू टाइम देता, कुड़ी नू नौकरी दी बहुत जरूरत है सर। इट्स ओके, हाय आई एम रजत भाटिया, मैनेजर ऑफ दिस होटल। तुसी कौन? मैं नाल हां जी। इंटरव्यू तो इन्हां दी है ना, सो तुसी बाहर वेट करो, प्लीज हैव अ सीट। सर बाहर? हां जी हां जी, तुसी दोनों बाहर वेट करो। आ जा। अच्छा जी, सत श्री अकाल। हां जी, मे हैव यू इंट्रोडक्शन प्लीज। जी मेरा नाम कायना टिल्लो है, ते मैं ग्रेजुएशन कर रही हूँ। हेलो पानी। आ हुंदा जी चंगी जान पछाण दा फायदा, चाह पानी टाइम सिर ही मिल जांदा। बेटा मैं तो चंडा ना खा ली तू। जॉब मिल गई। देखे मेरी जान पछाण फिर होती है जान पछाण। ओ मेरा बच्चा। चलो चंगा कीता तुसी, जेड़ा ये ला लिया ना। ओ मैं ता जी आप पर्दे जे लाई जांदा सी। मैनू पता जो तू ला रहा सीगा। चलो मैं भी चैन नाल पै जूंगा। सो जाओ हुण, मैनू भी सोण दियो, गल्लां ही नहीं मुकदियां इन्हां दी।
ਬੱਲੀ ਕੀ ਹੋਇਆ? ਪੁੱਤ ਭੈਣ ਭਰਾ ਦਾ ਰਿਸ਼ਤਾ ਏਦਾਂ ਨੀ ਟੁੱਟਦਾ ਹੁੰਦਾ। ਟੁੱਟ ਤਾਂ ਉਦਣ ਹੀ ਗਈ ਸੀ ਬੇਬੇ, ਹੁਣ ਤਾਂ ਮੈਂ ਇਹੀ ਸੁੱਖਾਂ ਸੁੱਖਦਾ ਕਿ ਦੁਬਾਰਾ ਕਿਤੇ ਮੇਰੀ ਭੈਣ ਬਣ ਕੇ ਨਾ ਜਾਂਦੀ। ਤੁਸੀਂ ਕੁਛ ਸਮਝਣ ਦੀ ਕੋਸ਼ਿਸ਼ ਕਰੋ, ਇਹ ਧੀ ਹੈ ਆਪਣੀ, ਬੱਚਿਆਂ ਤੋਂ ਗਲਤੀਆਂ ਤਾਂ ਹੋ ਹੀ ਜਾਂਦੀਆਂ ਨੇ। ਗਲਤੀ ਤੇ ਗੁਨਾਹ ਦੇ ਵਿੱਚ ਬੜਾ ਫਰਕ ਹੁੰਦਾ। ਸਰ ਹੋ ਗਈ ਕਾਰਵਾਈ ਪੂਰੀ? ਹਾਂਜੀ ਹਾਂਜੀ ਹੋ ਗਈ। ਮੁਬਾਰਕਾਂ, ਬਹੁਤ ਬਹੁਤ ਮੁਬਾਰਕਾਂ। ਜਿਉਂਦੇ ਰਹੋ, ਜਿਉਂਦੇ ਰਹੋ, ਗੁਰੂ ਮਹਾਰਾਜ ਹਮੇਸ਼ਾ ਤੁਹਾਨੂੰ ਸੁਖੀ ਰੱਖੇ। ਹੁਣ ਇਕੱਲੇ ਫੁੱਲਾਂ ਨਾਲ ਹੀ ਸਾਰਨਾ ਜੀ, ਸ਼ਗਨ ਸ਼ਗਨ ਵੀ ਪਾ ਦਿੰਦੇ ਮਾੜਾ ਜਿਹਾ। ਜਿਹੇ ਜੇ ਤੇਰੇ ਲੱਛਣ ਹੈ ਨਾ, ਤੈਨੂੰ ਸ਼ਗਨ ਨਹੀਂ, ਤੇਰੇ ਚੰਡਾ ਪੈਣੀਆਂ ਚਾਹੀਦੀਆਂ। ਆਇਆ ਵੱਡਾ ਸ਼ਗਨਾ ਵਾਲਾ, ਆ ਫੜ ਸ਼ਗਨ ਲਿਓ। ਉਹ ਤੈਨੂੰ ਨੀ ਆਪਣੀ ਧੀ ਨੂੰ ਦਾਂਗਾ, ਆ ਫੜ ਕੁੜੀਏ। ਉਹ ਜਿਉਂਦੀ ਰਹਿ ਮੇਰਾ ਬੱਚਾ, ਜਿਉਂਦੀ ਰਹਿ। ਹੁਣ ਝਾਂਕਦਾ ਹੀ ਰਹੇਗਾ ਕਿ ਫੋਟੋ ਵੀ ਖਿਚਾਏਗਾ? ਚੱਲ ਫੋਟੋ ਖਿਚਾ। ਹੈਲੋ, ਹੈਲੋ, ਕੌਣ? ਕੋਈ ਬੋਲ ਹੀ ਨਹੀਂ ਰਿਹਾ। ਹੈਲੋ ਮਮਾ। ਕਾਇਨਾਤ, ਕਿੱਥੋਂ ਬੋਲ ਰਹੀ ਹੈ ਪੁੱਤ? ਇੰਨੇ ਸਾਲਾਂ ਬਾਅਦ ਖਿਆਲ ਆਇਆ ਤੈਨੂੰ ਮਾਂ ਦਾ? ਨਹੀਂ, ਖਿਆਲ ਤਾਂ ਰੋਜ਼ ਆਉਂਦਾ, ਪਰ ਫੋਨ ਕਰਨ ਦਾ ਹੌਸਲਾ ਅੱਜ ਆਇਆ। ਤੁਸੀਂ ਬਹੁਤ ਨਾਰਾਜ਼ ਹੋ ਨਾ ਮੇਰੇ ਨਾਲ, ਹੁਣ ਵੀ ਨਾ ਰੋਜ਼ ਤੇਰੇ ਕਮਰੇ ਦੀ ਸਫਾਈ ਕਰਵਾਨੀ ਆ ਮੈਂ। ਜਦੋਂ ਕਦੇ ਆਪਣੇ ਲਈ ਕੱਪੜੇ ਖਰੀਦਦੀ ਆ ਨਾ, ਸਭ ਤੋਂ ਪਹਿਲਾਂ ਤੇਰੇ ਲਈ ਸੂਟ ਲੈਂਦੀ ਆ। ਅੱਜ ਵੀ ਲੌਂਜ ਚ ਬੈਠ ਕੇ ਤੇਰੀ ਪਸੰਦ ਦੀ ਬਲੈਕ ਕਾਫੀ ਪੀਂਦੀ ਆ, ਤੇ ਹਰ ਸੰਡੇ ਤੇਰਾ ਬੋਲਟ ਵੀ ਸਾਫ ਕਰਵਾਉਣੀ। ਮੰਮਾ, ਮੰਮਾ, ਤੁਹਾਨੂੰ ਪਤਾ, ਤੁਹਾਨੂੰ ਪਤਾ ਮੇਰਾ ਮੇਰਾ ਇੱਕ ਬੇਟਾ ਵੀ ਹੈ। ਮੰਮਾ, ਮੰਮਾ, ਇੱਕ ਸੈਕਿੰਡ, ਮੈਂ ਤੁਹਾਡੀ ਨਾ ਗੱਲ ਕਰਵਾਨੀ ਆ। ਇੱਕ ਸੈਕਿੰਡ, ਜਗਤੇ ਹਰਮਨ ਨੂੰ ਲਿਆਈ? ਇੱਕ ਸੈਕਿੰਡ ਮੰਮਾ, ਛੇਤੀ। ਹਾਂ ਹਾਂ, ਆ ਗਿਆ। ਪੁੱਤ, ਨਾਨੀ, ਨਾਨੀ, ਨਾਨੀ ਨਾਲ ਗੱਲ ਕਰੋ। ਹੈਲੋ, ਹੈਲੋ, ਬੋਲੋ। ਹੈਲੋ, ਮੇਰਾ ਬੱਚਾ, ਬੋਲ ਬੱਚਾ। ਮਮਾ, ਤੁਸੀਂ ਆਵਾਜ਼ ਸੁਣੀ? ਮਮਾ, ਤੁਸੀਂ ਸਭ ਕੁਝ ਦੁਬਾਰਾ ਠੀਕ ਨਹੀਂ ਕਰ ਸਕਦੇ? ਕਰ ਦੋ ਨਾ ਮਮਾ, ਮੈਨੂੰ ਪਤਾ ਤੁਸੀਂ ਸਭ ਕੁਝ ਦੁਬਾਰਾ ਠੀਕ ਕਰ ਸਕਦੇ ਹੋ, ਮੈਨੂੰ ਪਤਾ ਮਮਾ। ਹੈਲੋ ਮਮਾ, ਮਮਾ।
सारी चॉकलेट खाएगा इतनी सारी चॉकलेट लेके जाऊंगा अपने पुत्र तनु किन्नी बारी कहे कि नु रोज रोज चॉकलेट ना दिया करो डन सर जाने ओ कुड़िया ये दादे पोते दिया गल्ला है तू बिच ना बोलया कर मेरे पुत्र किड्डा सोणा है इतनी सारी चॉकलेट लेके जाऊंगा शैतान जी हुणे लेके आया मैं है आजो जी आजो इतनी सारी चीजी खाएगा मेरा बच्चा की हाल ने तेरे का नाद बल्ली वीर किवें तू 5 साल हो गए जमे ही नहीं बदली है जी पाजी हुन भाई आया तेरा बाहर ही खड़ा ही रखेंगे कि अंदर भी लेके जाएंगे कमाल कर दी है हैं आ जा अंदर आ भी आओ आज आ गिफ्ट दिता घर तेने तेरे लिए फड़ाओ भाई ज्यों दे वास्ते आ भी लो मैं हुणे गिफ्ट रख के आई हां पान जा भाई बड़ा सोना भाई पानी अच्छा ये साडा भांडा है हां की नाम रखे था हरमन सोना ना इन्हें मेरे ते जाना देख ली मम्मी पापा किवें वीरे वधिया सारे तैनू याद करदे सी अच्छा ते होर थोड़ा हाथ किवें हाथ बिल्कुल ठीक है हुण तां मैं थोड़ी फेवरेट कॉफी लेके आनी है ओ भूली नहीं हाले तू है 5 साल हो गए पीती नहीं हुण पीवांगे सारे पीवांगे ठीक है मैं तेनू कहा सी ना कि सब कुछ ठीक हो जाना जगत आज मैं बहुत खुश हाँ हाय सच्ची तू एक काम कर तू वीरे नू मिल ले मैं कॉफी लेके आनी है हाँ मैं वीरे नू मिल दा सच्ची कल भी हाँ जी की हाल है जी ओ आवे की हाल है बढ़िया जी की हाल है जी ਸੋਹਣਾ ਘਰ ਆਵੇ ਤੇਰਾ ਧੰਨਵਾਦ ਜੀ ਗਰਮੀਆਂ 'ਚ ਇੱਥੇ ਰਿਹਾ ਕਰਾਂਗੇ ਜ਼ਰੂਰ ਜੀ ਬਿਲਕੁਲ ਸਹੀ ਆਖਿਆ ਜੀ ਹਨਾ ਠੰਡੇ ਇਲਾਕੇ ਸਵਾਦ ਹੀ ਹੋਰ ਹੁੰਦਾ ਲਓ ਕਾਫੀ ਪੀਓ ਅਸੀਂ ਇੱਕ ਮਿੰਟ ਚਾਹੇ ਹਾਂ ਹਾਂ ਜਾਓ ਜਾਓ ਜੀ ਕੋਈ ਚਾਦਰਾ ਚੰਨਾ ਲਾਣਾ ਯਾਰ ਪੀ ਲਈ ਬੈਠਾ बदले हटवाने आ वेखो मम्मी पापा ने थोड़े लिए नीला कुर्ता पजामा भेजा है सोना है ना बहुत सोना ते हरमन वास्ते ए खिडौना हेलो हाँ चल मैं आया हूं दुकान ते आ मेरा पुत्र जावाजे ओ मेरा बच्चा कैसे जाता है दौड़ दौड़ के
Thank you.